ਸ਼੍ਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਨਾਵਾ ਮੈਂ ਗੁਰਵਿੰਦਰ ਸਿੰਘ ਸਮਧ ਔਰ ਇਸ ਵੇਲੇ ਸਾਡੇ ਨਾਲ ਸੁਸ਼ੋਭਿਤ ਨੇ ਡਾਕਟਰ ਪਿਆਰੇ ਲਾਲ ਗਰਗ ਜੀ ਅਸੀਂ ਬੜੇ ਮਸ਼ਕੂਰ ਹਾਂ ਸਰ ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨਾਵਾ ਤੇ ਸ਼ੁਕਰੀਆ ਜੀ ਬਹੁਤ ਬਹੁਤ ਸੰਤ ਸਾਹਿਬ ਪੰਜਾਬ ਦੀ ਸਿਆਸਤ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਬੜੀ ਅਜੀਬੋ ਗਰੀਬ ਫਾਰਮੇਸ਼ਨ ਬਣਾ ਰਹੀ ਹੈਗੀ ਆ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਪਰ ਇੱਕ ਆਵਾਜ਼ ਕਦੇ ਕਦੇ ਉੱਠਦੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਹੀ ਜ਼ਿਆਦਾਤਰ ਉਹ ਜਿਹੇ ਸੁਰ ਲਾਏ ਗਏ ਨੇ ਕਿ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾਵੇ ਇਹ ਖਜ਼ਾਨੇ ਨੂੰ ਕਿਵੇਂ ਭਰਿਆ ਜਾਵੇ ਔਰ ਖਾਸ ਕਰ ਅੱਜ ਗੱਲਾਂ ਦੋ ਵੱਡੀਆਂ ਉੱਠਣ ਚ ਮਿਲੀਆਂ ਨੇ ਕਿ ਸਾਡੇ ਜਿਹੜੇ ਵਿੱਤ ਮੰਤਰੀ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਵੈਸੇ ਮੇਰੀ ਆਦਤ ਨਹੀਂ ਹੁੰਦੀ ਕਿਸੇ ਦਾ ਨਾਮ ਲੈ ਕੇ ਗੱਲ ਕਰਨ ਦੀ ਪਰ ਖੈਰ ਉਹ ਅਕਾਲੀਆਂ ਵਾਲੇ ਵੀ ਵਿੱਤ ਮੰਤਰੀ ਸੀ ਉਹ ਕਹਿੰਦੇ ਔਰ ਉਹਨਾਂ ਉੱਪਰ ਉਹਨਾਂ ਦੇ ਭਾਬੀ ਜੀ ਨੇ ਹਰਸਿਮਰਤ ਕੌਰ ਬਾਦਲ ਨੇ ਵੀ ਇਹ ਤੰਸ ਦੱਸਿਆ ਕਿ ਉਹ 4 ਸਾਲ ਤੱਕ ਕਹਿੰਦੇ ਰਹਿਣਗੇ ਵੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਅਚਾਨਕ ਜਿਵੇਂ ਹੀ ਹੁਣ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਬਾਦਲ ਸਾਹਿਬ ਕਹਿਣ ਲੱਗ ਗਏ ਕਿ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਭਰਿਆ ਹੋਇਆ ਤੇ ਕੀ ਚੱਕਰ ਆ ਕਿਹਨਾਂ ਦੇ ਹੱਕਾਂ ਦੇ ਉੱਪਰ ਉਹ ਛੁਰੀ ਫੇਰ ਕੇ ਕਿਹਨੂੰ ਪੈਸੇ ਦੇ ਰਹੇ ਨੇ ਇੱਕ ਗੱਲ ਤਾਂ ਇਹ ਵੱਡੀ ਹੈ ਪਰ ਉਸ ਤੋਂ ਵੀ ਵੱਡੀ ਗੱਲ ਇਹ ਆ ਜੋ ਨਵਜੋਤ ਸਿੰਘ ਸਿੱਧੂ ਪਿਛਲੇ 2-3 ਦਿਨਾਂ ਤੋਂ ਵਾਰ ਵਾਰ ਕਰ ਰਹੇ ਨੇ ਕਿ ਜੋ ਸਾਡੇ ਪੰਜਾਬ ਦੇ ਸਿਰ ਕਰਜ਼ਾ ਹੈ ਉਹਦੀ ਜਿਹੜੀ ਸਾਲਾਨਾ ਕਿਸ਼ਤ ਹੈ ਉਹੀ 30-40 ਹਜ਼ਾਰ ਕਰੋੜ ਦੀ ਬਣ ਜਾਂਦੀ ਹੈ ਉਹਨੂੰ ਦੇਣ ਦੇ ਉੱਪਰ ਹੀ ਸਾਡੇ ਖਜ਼ਾਨੇ ਦਾ ਜਾਂ ਸਾਡੇ ਪੂਰੇ ਬਜਟ ਦਾ 25-27% ਹਿੱਸਾ ਲੱਗ ਜਾਂਦਾ ਤਾਂ ਖਜ਼ਾਨਾ ਕਿਵੇਂ ਭਰਿਆ ਜਾਵੇ ਇਹ ਇੱਕ ਵੱਡਾ ਸਵਾਲ ਹੈ ਔਰ ਇਹ ਸਵਾਲ ਦਾ ਜਵਾਬ ਵੀ ਹਰ ਇੱਕ ਦੇ ਬਸ ਦਾ ਨਹੀਂ ਹੈ ਸੋ ਸਾਨੂੰ ਪੂਰੀ ਆਸ ਹੈ ਕਿ ਡਾਕਟਰ ਗਰਗ ਪੰਜਾਬ ਦੀਆਂ ਅੱਖਾਂ ਦਾ ਜਾਲਾ ਇੱਕ ਵਾਰ ਫੇਰ ਲਾਉਣਗੇ ਚਿੱਟੇ ਮੋਤੀਏ ਵਾਲਾ ਤੇ ਖਜ਼ਾਨਾ ਕਿਵੇਂ ਭਰਿਆ ਜਾਵੇ ਤੇ ਇਹਦੇ ਉੱਪਰ ਕੀ ਰਹਿਤਾਂ ਨੇ ਤੇ ਕਿਸ ਤਰੀਕੇ ਦਾ ਇਹਦਾ ਆਪਾਂ ਨੂੰ ਕਾਰਜਕ੍ਰਮ ਅਪਣਾਉਣਾ ਪੈਣਾ ਡਾਕਟਰ ਸਾਹਿਬ ਬਿਲਕੁਲ ਠੀਕ ਹੈ ਸੰਤ ਸਾਹਿਬ ਤੁਸੀਂ ਵੀ ਜਿਹੜਾ ਖਜ਼ਾਨਾ ਹੈ ਮਨਪ੍ਰੀਤ ਬਾਦਲ ਜੀ ਕਹਿੰਦੇ ਆਏ ਨੇ ਵੀ ਖਾਲੀ ਹੈ ਖਾਲੀ ਹੈ ਖਾਲੀ ਹੈ ਪਰ 2019 ਦੀਆਂ ਚੋਣਾਂ ਵੇਲੇ ਵੀ ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਸੀ ਵੀ ਨਹੀਂ ਖਜ਼ਾਨੇ 'ਚ ਕੋਈ ਘਾਟ ਨਹੀਂ ਉਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਹਿੰਦੇ ਤਾਂ ਮੁੱਖ ਮੰਤਰੀ ਨੇ ਇਹਨੇ ਵਿੱਤ ਮੰਤਰੀ ਨੇ ਆਪ ਕਦੀ ਨਹੀਂ ਕਿਹਾ ਤੇ ਮੁੱਖ ਮੰਤਰੀ ਨੇ ਉਸ ਵਕਤ ਨੇ ਕਿਹਾ ਵੀ ਕੋਈ ਨਹੀਂ ਖਜ਼ਾਨੇ 'ਚ ਹੈਗਾ ਪੈਸਾ ਬਥੇਰਾ ਅਸਲ 'ਚ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਹੀ ਵੀ ਖਜ਼ਾਨਾ ਨਾ ਕਦੇ ਭਰਿਆ ਹੁੰਦਾ ਹੈ ਅਤੇ ਨਾ ਕਦੇ ਖਾਲੀ ਹੁੰਦਾ ਖਜ਼ਾਨੇ ਦੇ ਵਿੱਚ ਪੈਸਾ ਆਉਂਦਾ ਹੈ ਕਹਿੰਦੇ ਨੇ ਆਈ ਚੜਾਈ ਹੈ ਜੀ ਇਹ ਤਾਂ ਇੱਕ ਪਾਸੋਂ ਪੈਸਾ ਆਉਂਦਾ ਜਾਂਦਾ ਦੂਜੇ ਪਾਸੋਂ ਖਰਚੇ ਕਰੀ ਜਾਂਦੇ ਹਾਂ ਇੱਥੋਂ ਤੱਕ ਕਿ ਖਜ਼ਾਨੇ ਦੇ ਵਿੱਚ ਜਿਹੜੀਆਂ ਸ਼ਰਾਬ ਦੇ ਠੇਕੇ ਵਾਲੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਵੱਡਾ ਪੈਸਾ ਦੇਣਾ ਹੁੰਦਾ ਉਹਨਾਂ ਦਾ ਪੈਸਾ ਰਾਤ ਨੂੰ ਵੀ ਜਮ੍ਹਾਂ ਹੋ ਸਕਦਾ ਕਿਉਂਕਿ ਪੈਸਾ ਮੌਕੇ ਮੌਕੇ 'ਚ ਪੈਸਾ ਜਮ੍ਹਾਂ ਹੁੰਦਾ ਰਜਿਸਟਰੀਆਂ ਰੋਜ਼ ਹੁੰਦੀਆਂ ਨੇ ਉਹਦਾ ਪੈਸਾ ਰੋਜ਼ ਜਮ੍ਹਾਂ ਹੁੰਦਾ ਟਿਕਟ ਦਾ ਪੈਸਾ ਸਟੈਂਪ ਡਿਊਟੀ ਜਿਹਨੂੰ ਆਪਾਂ ਕਹਿੰਦੇ ਹਾਂ ਸੋ ਜਿਹੜਾ ਖਜ਼ਾਨੇ ਦੇ ਵਿੱਚ ਪੈਸਾ ਆਉਣਾ ਹੈ ਅਤੇ ਪੈਸਾ ਜਾਣਾ ਹੈ ਇੱਕ ਤਾਂ ਉਹਦਾ ਹਿਸਾਬ ਰੱਖਣ ਦੀ ਲੋੜ ਹੈ ਵੀ ਆਉਂਦਾ ਕਿੱਥੋਂ ਹੈ ਜਾ ਕਿੱਧਰ ਨੂੰ ਰਿਹਾ ਦੂਜਾ ਇਹ ਹੈ ਵੀ ਉਹ ਆਉਂਦਾ ਕਿਹਦੇ ਕੋਲੋਂ ਹੈ ਅਤੇ ਦਿੱਤਾ ਕਿਹਨੂੰ ਜਾ ਰਿਹਾ ਤੀਜਾ ਇਹ ਰੱਖਣਾ ਹੁੰਦਾ ਹੈ ਵੀ ਕੀ ਇਹਦੀ ਨਿਆਂ ਸੰਗਤ ਵੰਡ ਹੈ ਜਾਂ ਕਾਣੀ ਵੰਡ ਹੈ ਜਿੰਨਾ ਵੀ ਆਉਂਦਾ ਇਹ ਤਾਂ ਹੋ ਗਿਆ ਜਿਹੜਾ ਪੈਸਾ ਆਉਂਦਾ ਜਿਹੜੇ ਖਜ਼ਾਨੇ ਨੂੰ ਕਹਿੰਦੇ ਖਾਲੀ ਹੈ ਜਿੰਨਾ ਪਰਹਿਜ ਹੋ ਗਈ ਹੈ ਫਿਰ ਦੂਜਾ ਹਿੱਸਾ ਅਸੀਂ ਕੀ ਕਰਨਾ ਹੁੰਦਾ ਵੀ ਉਹ ਖਜ਼ਾਨੇ 'ਚ ਜਿੰਨਾ ਸਾਡਾ ਪੈਸਾ ਇਹ ਹਰੇਕ ਅਨਪੜ੍ਹ ਤੋਂ ਅਨਪੜ੍ਹ ਬੰਦੀ ਵੀ ਰੋਜ਼ ਕਰਦੇ ਨੇ ਵੀ ਯਾਰ ਐਤਕੀ ਮਹੀਨੇ ਦੇ ਨਾ ਇੰਨੇ ਕੁ ਪੈਸੇ ਆਉਣੇ ਨੇ ਤਨਖਾਹ ਐਂ ਆਉਣੀ ਹੈ ਜਾਂ ਪੈਨਸ਼ਨ ਆਉਣੀ ਹੈ ਜਾਂ ਫਲਾਣੇ ਤੋਂ ਪੈਸੇ ਆਉਣੇ ਨੇ ਵੀ ਇੰਨਾ ਕੁ ਖਰਚਾ ਆਪਾਂ ਕੋਈ ਵਿਆਹ 'ਤੇ ਜਾਣਾ ਹੈ ਆਹ ਕਿਤੇ ਫਲਾਣੇ ਥਾਂ 'ਤੇ ਸ਼ਗਨ ਦੇਣਾ ਹੈ ਉਹ ਸਾਰਾ ਹਿਸਾਬ ਲਾਉਂਦੇ ਨੇ ਵੀ ਇਸ ਮਹੀਨੇ 'ਚ ਆਪਾਂ ਕਿਹੜੇ ਖਰਚੇ ਕਰਨੇ ਨੇ ਕੁਛ ਤਾਂ ਖਰਚੇ ਪੱਕੇ ਨੇ ਜੋ ਕਿਰਾਏ ਦੇ ਮਕਾਨ ਦੇ ਵਿੱਚ ਕਿਰਾਏ ਤਾਂ ਦੇਣਾ ਹੀ ਦੇਣਾ ਬਿਜਲੀ ਦਾ ਬਿੱਲ ਤਾਂ ਭਰਨਾ ਹੀ ਭਰਨਾ ਪਾਣੀ ਦਾ ਬਿੱਲ ਤਾਂ ਭਰਨਾ ਹੀ ਭਰਨਾ ਬੱਚੇ ਦੀ ਫੀਸ ਤਾਂ ਦੇਣੀ ਦੇਣੀ ਹੈ ਇਹ ਤਾਂ ਹੋ ਗਏ ਪੱਕੇ ਖਰਚੇ ਇੱਕ ਹੁੰਦਾ ਵੀ ਯਸ 1 ਲੱਖ 'ਚ ਬਿਮਾਰ ਹੋ ਗਿਆ ਬੰਦਾ ਹਸਪਤਾਲ ਦਾਖਲ ਕਰਾਉਣਾ ਪਏਗਾ ਕੋਈ ਐਕਸੀਡੈਂਟ ਹੋ ਗਿਆ ਕੋਈ 1 ਲੱਖ 'ਚ ਕਿਸੇ ਰਿਸ਼ਤੇਦਾਰ ਨੇ ਵਿਆਹ ਰੱਖਤਾ ਕਿਸੇ ਕੁੜੀ ਮੁੰਡੇ ਦਾ ਸੋ ਉਹਦੇ ਵਿੱਚ ਜਿਹੜੇ ਹੁੰਦੇ ਨੇ ਉਹ ਜਿਹੜੇ ਅਚਨਚੇਤ ਖਰਚੇ ਆ ਜਾਂਦੇ ਨੇ ਕਈ ਵਾਰ ਹੁੰਦੇ ਵੀ ਵੱਡੇ ਨੇ ਮੀਂਹ ਪੈ ਗਿਆ ਕੋਠਾ ਢਹਿ ਗਿਆ ਬੋਰ ਬਹਿ ਗਿਆ ਕਿਸਾਨ ਦਾ ਸੋ ਇੱਕ ਹੀ ਅਚਨਚਾ ਕੋਈ ਮੁਕੱਦਮਾ ਪੈ ਗਿਆ ਸੋ ਇਹੀ ਹਿਸਾਬ ਜਿਹੜਾ ਆਮ ਬੰਦਾ ਰੋਜ਼ ਲਾਉਂਦਾ ਜਿਹੜੀ ਔਰਤ ਰੋਜ਼ ਰੋਟੀਆਂ ਲਾਉਂਦੀ ਹੈ ਨਾ ਰੋਟੀਆਂ ਦਾ ਬਜਟ ਬਣਾਉਂਦੀ ਹੈ ਉਹ ਕਹਿੰਦੀ ਹੈ ਵੀ ਇੰਨੀ ਕੁ ਦਾਲ ਬਣਾ ਲੈਂਦੇ ਹਾਂ ਇੰਨੇ ਬੰਦੇ ਨੇ ਖਾਣ ਵਾਲੇ ਇੰਨੀਆਂ ਰੋਟੀਆਂ ਲਾ ਲਈਏ ਉਹ ਕਦੇ ਐਂ ਨਹੀਂ ਹੋਇਆ ਵੀ ਉਹਦੇ ਛਾਬੇ ਜਾਂ ਤਾਂ ਰੋਟੀਆਂ 20 ਵਾਧੂ ਪਈਆਂ ਰਹਿਣ ਜਾਂ ਰੋਟੀਆਂ 10 ਘੱਟ ਜਾਣ ਇੱਕ ਅੱਧੀ ਰੋਟੀ ਇੱਧਰ ਉੱਧਰ ਹੁੰਦੀ ਹੈ
ਇੱਦਾਂ ਹੀ ਦਾਲ, ਇਹ ਤਾਂ ਹੁੰਦੀ ਨਹੀਂ ਵੀ ਦਾਲ ਉਹਦਾ ਪਚੀਲਾ ਭਰਿਆ ਹੀ ਪਿਆ, ਜਾਂ ਦੋ ਬੰਦੇ ਨੇ ਖਾਣ ਤੋਂ ਬਾਅਦ ਹੀ ਖਤਮ ਹੋ ਗਈ। ਉਹ ਹਿਸਾਬ ਲਾਉਂਦੀ, ਉਹ ਵੀ ਬਜਟਿੰਗ ਹੈ, ਇਹਨੂੰ ਬਜਟਿੰਗ ਕਹਿੰਦੇ। ਬਜਟਿੰਗ ਦਾ ਮਤਲਬ ਹੁੰਦਾ ਹੈ ਜਿਹੜੀ ਵੀ ਚੀਜ਼ ਤੁਹਾਡੇ ਕੋਲ ਹੈਗੀ ਹੈ ਉਹਦਾ ਹਿਸਾਬ ਕਿਤਾਬ ਲਾ ਕੇ ਉਹਨੂੰ ਵਰਤਣਾ। ਇਸੇ ਕਰਕੇ ਅੰਗਰੇਜ਼ੀ 'ਚ ਇੱਕ ਹੈਗਾ ਕੱਟ ਯੂਅਰ ਕੋਟ ਅਕੋਰਡਿੰਗ ਟੂ ਯੂਅਰ ਕਲੋਥ, ਜਿੰਨਾ ਕੁ ਤੁਹਾਡਾ ਕੱਪੜਾ ਉਸ ਹਿਸਾਬ ਨਾਲ ਆਪਦਾ ਜਾਮਾ ਬਣਾਓ। ਇਹ ਨਹੀਂ ਹੈ ਵੀ ਜਾਮਾ ਵੱਡਾ ਚੋਗਾ ਬਣਾ ਲੈਣਾ ਅਤੇ ਕੱਪੜਾ ਛੋਟਾ। ਫਿਰ ਉਹਦੇ ਨਾਲ ਕਿਹੋ ਜਿਹੀ ਹੁੰਦੀ ਹੈ, ਮੈਂ ਇੱਕ ਥੋੜ੍ਹੀ ਜਿਹੀ ਹਾਸੇ ਵਾਲੀ ਗੱਲ ਸੁਣਾ ਦਿੰਦਾ। ਕੋਈ ਬੰਦਾ ਕਿਸੇ ਦਰਜੀ ਕੋਲ ਗਿਆ, ਕਹਿੰਦਾ ਜੀ ਇੱਕ ਪਜਾਮਾ ਬਣਾ ਦੇ। ਕਹਿੰਦਾ ਬਣਾ ਦਿੰਦੇ ਹਾਂ, ਕੱਪੜਾ ਦੇ ਤਾ। ਕਹਿੰਦਾ ਦੋ ਬਣ ਸਕਦੇ? ਕਹਿੰਦਾ ਹਾਂ ਦੋ ਬਣ ਜਾਣਗੇ। ਕਹਿੰਦਾ ਤਿੰਨ ਬਣ ਸਕਦੇ? ਤਿੰਨ ਬਣ ਜਾਣਗੇ। ਚਾਰ ਬਣ ਸਕਦੇ? ਚਾਰ ਬਣ। ਪੰਜ ਬਣ ਸਕਦੇ? ਪੰਜ। ਕਹਿੰਦਾ ਪੰਜ ਬਣਾ ਦੇ। ਉਹ ਕੱਚੀਆਂ ਜੀਆਂ ਬਣ ਗਈਆਂ। ਕਹਿੰਦਾ ਯਾਰ ਪਜਾਮਾ। ਕਹਿੰਦਾ ਪਜਾਮਾ ਕਿਹਾ ਸੀ ਵੀ ਪੰਜ ਬਣਾਉਣੇ ਨੇ, ਤਾਂ ਸਾਈਜ਼ ਥੋੜ੍ਹਾ ਕਿਹਾ ਸੀ। ਸੋ ਇਹ ਜਿਹੜੇ ਵਿੱਤ ਮੰਤਰੀ ਨੇ ਉਹ ਆ ਪੰਜ ਬਣਾਉਣ ਵਾਲੇ ਨੇ, ਵੀ ਜਿੱਦੇ ਦਿਲ ਕਰੇ ਉਹਦੇ ਪੰਜ ਬਣਾ ਦਿਓ, ਜਿੱਦੇ ਦਿਲ ਕਰੇ ਉਹਦੇ ਇੱਕ ਵਾਸਤੇ ਵੀ ਛੋਟਾ। ਇੱਕ ਤਾਂ ਇਹ ਵਿੱਤ ਮੰਤਰੀ ਸਾਡਾ ਇਹੋ ਜਿਹਾ। ਦੂਜੇ ਵਿੱਤ ਮੰਤਰੀ ਉਹ ਹੈ ਜਿਹਨੂੰ ਪੈਸਾ ਨਾ ਇਹਨੇ ਇਕੱਠਾ ਕਰਨਾ ਨਾ ਹੋਰ ਹੈ, ਆਪੇ ਜਿਹੜਾ ਆ ਗਿਆ ਆ ਗਿਆ। ਇਹ ਬਿਲਕੁਲ ਸੁੱਤਾ ਵਿੱਤ ਮੰਤਰੀ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ। ਹੁਣ ਪੜਾਈਏ ਹਿਸਾਬ ਵੀ ਖਜ਼ਾਨੇ 'ਚ ਪੈਸਾ ਕਿੱਥੋਂ ਆਉਂਦਾ। ਸੂਬੇ ਦੇ ਖਜ਼ਾਨੇ 'ਚ ਚਾਰ ਪੰਜ ਸਰੋਤ ਨੇ ਪੈਸਾ ਆਉਂਦਾ। ਇੱਕ ਸਰੋਤ ਹੈ ਜਿਹੜਾ ਆਪਾਂ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਹਾਂ। ਸਰਕਾਰ, ਜਿਵੇਂ ਪਹਿਲਾਂ ਹੀ ਕਿਹਾ, ਬੱਸਾਂ 'ਤੇ ਟੈਕਸ ਹੈ, ਪੈਸੇਂਜਰ ਟੈਕਸ ਜਿਹਨੂੰ ਆਪਾਂ ਕਹਿੰਦੇ ਹਾਂ। ਜੇ ਕੋਈ ਗੱਡੀ ਲੈਂਦਾ ਹੋਰ ਲੈਂਦਾ ਉਹਨੂੰ ਆਰਸੀ ਬਣਾਉਣ ਵਾਸਤੇ ਟੈਕਸ ਹੈ। ਜੇ ਕੋਈ ਡਰਾਈਵਿੰਗ ਲਾਇਸੈਂਸ ਬਣਾਉਂਦਾ ਉਹਨੂੰ ਟੈਕਸ ਹੈ। ਜੇ ਕੋਈ ਹਸਪਤਾਲ 'ਚ ਜਾਂਦਾ ਹੈ ਤਾਂ ਉਹ ਤੋਂ ਕੋਈ ਚਾਰਜ ਪੈਸੇ ਲਏ ਜਾਂਦੇ ਨੇ। ਜੇ ਕੋਈ ਮੈਡੀਕਲ ਕਾਲਜ 'ਚ ਪੜ੍ਹਦਾ ਹੈ ਤਾਂ ਮੈਡੀਕਲ ਕਾਲਜ 8 ਲੱਖ ਰੁਪਏ ਇੱਕ ਬੱਚੇ ਤੋਂ ਫੀਸ ਲੈ ਰਹੀ ਹੈ ਸਰਕਾਰ ਸਾਲ ਦਾ। ਉਹ ਪੈਸੇ ਦੀ ਆਮਦਨ ਹੈ ਨਾ ਸਰਕਾਰ ਦੀ। ਇਸੇ ਤਰ੍ਹਾਂ ਹੀ ਜੇ ਕੋਈ ਰਜਿਸਟਰੀ ਕਰਵਾਉਂਦਾ ਉਹਦੇ ਸਟੈਂਪ ਡਿਊਟੀ ਲੱਗਦੀ ਹੈ। ਜੇ ਕਿਸੇ ਨੇ ਹਲਫੀਆ ਬਿਆਨ ਦੇਣਾ ਉਹਦੇ 50 ਰੁਪਏ ਦਾ ਲੱਗਦਾ ਸੀ, 5 ਰੁਪਏ ਦਾ, ਪਹਿਲਾਂ 3 ਦਾ ਹੁੰਦਾ, ਫਿਰ 5 ਦਾ, ਫਿਰ 15 ਦਾ, ਹੁਣ ਕਈ ਵਾਰ 50 ਦਾ ਦੇਣਾ ਪੈਂਦਾ ਨੋਟਰੀ ਤੋਂ ਅਟੈਸਟ ਕਰਾ ਕੇ। ਇਸੇ ਤਰ੍ਹਾਂ ਹੀ ਜੇ ਆਪਾਂ ਦੇਖੀਏ ਵੀ ਜਿਹੜੀ ਸ਼ਰਾਬ ਵਿਕਦੀ ਹੈ ਉੱਥੇ ਟੈਕਸ ਲੱਗਦਾ, ਫਿਰ ਜਿੰਨਾ ਆਪਾਂ ਸਮਾਨ ਖਰੀਦਿਆ ਹਰੇਕ ਚੀਜ਼ 'ਚ ਟੈਕਸ ਲੱਗਦਾ, ਜਿਹਨੂੰ ਪਹਿਲਾਂ ਵੈਟ ਕਹਿੰਦੇ ਸੀ ਹੁਣ GST ਕਹਿੰਦੇ ਨੇ। ਸੋ ਇਹ ਉਹ ਸਾਡੇ ਕੋਲ ਪੈਸਾ ਆਉਂਦਾ। ਪੈਟਰੋਲ ਕਿੰਨਾ ਵਿਕਦਾ, ਡੀਜ਼ਲ ਕਿੰਨਾ ਵਿਕਦਾ, ਹੁਣ ਹੀ ਰੇਟ ਘਟਾਇਆ 22.5-24 ਰੁਪਈਏ ਪੰਜਾਬ ਸਰਕਾਰ ਨੂੰ ਪ੍ਰਤੀ ਲੀਟਰ ਪੈਟਰੋਲ 'ਤੇ ਮਿਲਦੇ ਸੀ, ਹੁਣ ਉਹਦੇ 10 ਘਟਾਤੇ, ਇਸ ਕਰਕੇ ਉਹ 14.5 ਰਹਿ ਗਏ। 14.5 ਤੋਂ ਵੀ 1.5 ਸੈਂਟਰ ਵਾਲੇ ਕਰਕੇ ਘੱਟ ਗਿਆ ਸਵਾ, ਅਤੇ ਉਹ 13 ਰੁਪਈਏ ਰਹਿ ਗਏ 1 ਲੀਟਰ ਪਿੱਛੇ। ਇੱਦਾਂ ਹੀ ਜਿਹੜਾ ਡੀਜ਼ਲ ਸੀ ਉਹਦੇ ਉੱਤੇ ਸੀਗੇ ਕੋਈ ਤਕਰੀਬਨ 13.5 ਰੁਪਈਏ, ਉਹਦੇ ਵਿੱਚੋਂ 10 ਜਾਂ 1 ਸੈਂਟਰ ਨੇ ਘਟਾਏ, 1.5 ਤਾਂ ਇਹਨਾਂ ਦਾ ਉਦੋਂ ਘੱਟ ਗਿਆ, 5 ਇਹਨਾਂ ਨੇ ਹੁਣ ਘਟਾਤੇ, ਉਹਦੇ ਉੱਤੇ ਤਕਰੀਬਨ ਰਹਿ ਗਏ 7-8 ਰੁਪਈਏ 1 ਲੀਟਰ ਦੇ। ਹੁਣ ਇਹਦਾ ਕਿੰਨਾ ਪੈਸਾ ਆਉਂਦਾ ਹੋਊ ਕਦੇ ਅੰਦਾਜ਼ਾ ਨਹੀਂ ਲਾਉਂਦੇ ਲੋਕ। ਪੰਜਾਬ ਦੇ ਵਿੱਚ 9,60,000 ਮੀਟ੍ਰਿਕ ਟਨ ਪੈਟਰੋਲ ਵਿਕਦਾ ਸਾਲ 'ਚ। ਇਹ ਸਰਕਾਰ ਦੇ ਆਪਦੇ ਛਾਪੇ ਹੋਏ ਅੰਕੜੇ ਨੇ ਪੰਜਾਬ ਸਰਕਾਰ ਦੇ, ਵੀ ਇੰਨਾ ਵਿਕੇ ਹੋਏ ਨੇ। ਅਤੇ ਇਹਨੂੰ ਜੇ ਲੀਟਰਾਂ 'ਚ ਬਦਲੀਏ 1,304 ਲੀਟਰ ਹੁੰਦਾ 1 ਮੀਟ੍ਰਿਕ ਟਨ 'ਚ, ਠੀਕ ਹੋ ਗਿਆ। ਇਹਦੇ ਉੱਤੇ ਗਾਹਾਂ 24.5 ਦੇ ਹਿਸਾਬ ਨਾਲ ਲਾ ਲਓ ਪੈਸਾ ਕਿੰਨਾ ਬਣਦਾ। ਇੱਦਾਂ ਹੀ ਡੀਜ਼ਲ ਵਿਕਦਾ 32,13,000 ਮੀਟ੍ਰਿਕ ਟਨ, ਡੀਜ਼ਲ ਹੁੰਦਾ 1,200 ਲੀਟਰ 1 ਮੀਟ੍ਰਿਕ ਟਨ 'ਚ, ਡੀਜ਼ਲ ਥੋੜ੍ਹਾ ਭਾਰੀ ਹੁੰਦਾ ਪੈਟਰੋਲ ਨਾਲੋਂ। ਅਤੇ ਉਹ 1,200 ਲੀਟਰ ਜਿਹੜਾ ਹੈਗਾ ਉਹਨੂੰ ਗੁਣਾ ਕਰ ਲਓ 32 ਲੱਖ ਨੂੰ, ਤਕਰੀਬਨ 3,60,00,000 ਬਣ ਗਿਆ, 36 ਕਰੋੜ। ਸੋ ਇਹ ਜਦ ਅਸੀਂ ਇਸ ਨੂੰ ਗਿਣਦੇ ਹਾਂ ਤਾਂ 3,600 ਕਰੋੜ ਰੁਪਈਆ ਇਹ ਆ ਗਿਆ। 8,000 ਕਰੋੜ ਰੁਪਈਆ ਡੀਜ਼ਲ ਅਤੇ ਪੈਟਰੋਲ ਤੋਂ ਪੰਜਾਬ ਸਰਕਾਰ ਨੂੰ ਆ ਰਿਹਾ ਸੀ ਵੈਟ ਸਾਲ ਦਾ, ਇਹ ਵੀ ਟੈਕਸ ਹੈ। ਸੋ ਇਸ ਤਰ੍ਹਾਂ ਇੱਕ ਪਾਸਾ ਹੋ ਗਿਆ ਟੈਕਸ ਸਰਕਾਰ ਨੂੰ, ਇੱਕ ਟੈਕਸ ਹੋ ਗਏ GST ਵਾਲੇ, ਇੱਕ ਟੈਕਸ ਹੋ ਗਿਆ ਜਿਹੜਾ ਕੇਂਦਰ ਨੂੰ ਟੈਕਸ ਮਿਲਦੇ ਨੇ ਉਹ 'ਚੋਂ ਹਿੱਸਾ ਆਉਂਦਾ ਸਾਡੇ ਕੋਲ। ਉਹ ਇਨਕਮ ਟੈਕਸ 'ਚੋਂ ਵੀ ਆਉਂਦਾ, ਉਹ GST 'ਚੋਂ ਵੀ ਆਉਂਦਾ, ਉਹ ਐਕਸਾਈਜ਼ ਡਿਊਟੀ 'ਚੋਂ ਵੀ ਆਉਂਦਾ, ਉਹ ਹਿੱਸਾ ਆਉਂਦਾ। ਸੋ ਇੱਕ ਹੈਗਾ ਸਾਡੇ ਟੈਕਸ ਜਾਂ ਕੇਂਦਰ ਤੋਂ ਸਾਨੂੰ ਜਿਹੜੇ ਟੈਕਸ ਮਿਲੇ, ਇਹ ਟੈਕਸਾਂ ਦੇ 2 ਹੋ ਗਏ ਸਰੋਤ। ਤੀਜਾ ਸਰੋਤ ਹੈ ਕੇਂਦਰ ਸਾਨੂੰ ਕੁਛ ਸਕੀਮਾਂ ਵਾਸਤੇ ਪੈਸਾ ਦਿੰਦਾ, ਕਿਉਂਕਿ ਉਹਦੇ ਕੋਲ ਜਿਹੜੀ ਆਮਦਨ ਹੈ ਉਹਨੇ ਆਪ ਥੋੜ੍ਹਾ ਰੱਖਣੀ, ਉਹਨੇ ਸਟੇਟਾਂ ਵੀ ਦੇਣੀਆਂ, ਅਤੇ ਉਹ ਜਿਹੜਾ ਸਾਨੂੰ ਪੈਸਾ ਦਿੰਦਾ ਹੈ ਉਹ ਵੀ ਕੇਂਦਰ ਵੱਲੋਂ ਗ੍ਰਾਂਟਸ ਕਹਿੰਦੇ ਹਾਂ ਅਸੀਂ ਉਹਨੂੰ। ਉਹ ਕਦੇ ਫਾਈਨੈਂਸ਼ੀਅਲ ਕਮਿਸ਼ਨ ਦੇ ਨਾਂ 'ਤੇ ਦਿੰਦੇ ਨੇ, ਕਦੇ
अपना अडिशनल ग्रांट दे देंदे ने, ACA कहंदे ने उन्हों, अडिशनल सेंट्रल असिस्टेंस ACA वो दे देंदे ने कदे किवें, वो पैसा जिवें असर सिक्ख्या विभाग नूं देता जी 500 करोड़, तुसी आह 400 करोड़ देता ये नैशनल हैल्थ मिशन नूं, इस तरह के पैसे उत्थों आउंदे रहिंदे ग्रांट्स। सो एक टैक्स स्टेट दे हो गए, एक सेंटर दे हो गए, एक ग्रांट हो गई, सेंटर जाता मतलब साडा हिस्सा सेंटर च, तिंटा ही हो गए स्रोत। चौथा स्रोत होंगे भी तुम चीज़ा बेचनिया शुरू कर दें, जिमें पहला आम पिंड कहते होंगे भी जेड़ा जेड़ा जिमीदार ने करजा च डुबिया होंगे वह पहला अपनी घरवाली दी टूमा कहने धरता, फिर वह टूमा बेचता है, फिर वह जमीन कहने धरता, फिर वह जमीन बेचता है। पिंड च लोग हसते होंगे जिदे पहला किला बैक रख के आता सी, कहने लिया भी हूँ ला लिया वाढ़ा इन्हें। सो वो कुछ केंद्र सरकार भी कर रही है, सब कुछ बेची जा रही है, हवाई अड्डे बेच दो, समुद्र दिया बंदरगाह बेच दो, रेलवे बेच दो, LIC बेच दो, पोस्ट ऑफिस बेच दो सारे। सो वो केंद्र भी बेच रहे, ये भी बेच रहे हैं, टूरिज्म कंपलैक्स बेच दो, फलानी सांझी जगह बेच दो, नवे नवे दफ्ज करते हैं वेद से। उन्होंने कहता इन्होंने मोनेटाइजेशन, यानी कि असं धन बना रहे हैं, भी ये मिट्टी पई सी मिट्टी का पैसा बना रहे, मतलब उन्होंने यह होंगे मोनेटाइजेशन, असी तो पैसा बना रहे। ये उही जी गल है जिमें किसी किसान का ना नवा नवा मुंडा उठता है, वह कहना लै बापू एवें तो जमीन बेच के भा बैंक रख दी इन्ने पैसे, वो कहना मैं इन्ना पैसा देखो बैंक च रखता, उन्होंने ये कहना ही नहीं भी मैं तो सारिया पुश्तों की जमीन ही बेचती, मैं तो अगलिया पुश्तों की रोटी खोली, बाप ने वो तो नहीं ना खोई थी। सो इस करके इन मोनेटाइजेशन का नाम देता बड़ा सोहना जहा, बीच तो पैसे कट्ठे कर रहे हैं, देखो जी खजाना भर रहे जी। सो इस तरह पैसा आता, एक पैसा फिर जब कुछ ना रहे कोई हीला वसीला, हाँ एक होंगे भी जो किसी को पैसे लेने ने, तुसी करजा दिता हो जाए वह ब्याज आएगा या करजे का मूल आएगा वापस। एक वड्डा स्रोत होंगे जिहड़ा हुण इन्होंने बना लिया, पहला नहीं सी ये वड्डा स्रोत, वो हैगा करजा लेना। फिर जे कुछ भी ना पूरा हो, जिन्ने पैसे आने ने, जिन्ने थोड़े कोई होर इधर उधरों आमदन होनी है, जिन्ना समान बेच के घर दियां गड़वियां बेच दो, भांडे बेच दो, फिर भी जे ना पूरा पटे फिर कहते भाई करजा लै लो। फिर करजा कई बार तो वह लेंदा अपने आड़ती तो जिदे नाल बहुता लिखण पढ़न की लोड़ नहीं होंगी, कदे कदे आड़ती भी जवाब दे जाता भी हूँ तो जी इन्ना मैनू नहीं दे सकता, फिर वो मंडी चो करजा लेंदा। हुण सरकार जिहड़ा करजा सरकार चो लैण दी बजाय मार्केट चो लोन लै रही है पंजाब सरकार। तो ये साढ़े कोले स्रोत ने खजाना भरन दे। हुण आपां आउणे आ इह खजाने च, फिर ये स्रोतों तो किन्ना किन्ना पैसा आ रहा है मोटे तौर पर। करजे की जे आपां गल करिए, करजे ते सरकारां सारियां गलत बयानी कर, पंजाब का अर्थचारा नंबर एक ते सी 1980 तक, अज वो 16वें नंबर ते है। पंजाब दे जुम्मे जिन्ने कैप्टन सरकार गई है 2007 च, उदे ये 53,000 करोड़ रुपया करजे का छड़ के गए सी, जी चो 4,000 करोड़ माफ करिया सी 3,717 करोड़ केंद्र सरकार ने, इस करके वह तकरीबन 48.5-49,000 करोड़ करजा सी पंजाब जुम्मे 2007 च जिदे कैप्टन सरकार गई है। सो जिहड़ा 49,000 करोड़ एक्चुअली तो 53,000 करोड़ सी, 49 इस करके होया कि 4.25 माफ करता उन्होंने, जे ना माफ करजे वह चढ़िया होया सी। उदों बाद जिदे फिर अकाली सरकार गई है 10 साल बाद, फरवरी 2017 च, फरवरी 2007 तो फरवरी 2017 उन्ने अकाली सरकार जुम्मे करजा सी पंजाब जुम्मे 1,50,000 करोड़, तो फिर 30,000 करोड़ जेड़ा इन्होंने वो पैसे दाणे वाले कणक वाला पैसा गरागाप कर लिया सी, वो विच ही करजे च ही गिना गए। जिमें कई बार असी देखे है, मैं क्योंकि उस कम्यूनिटी नूं बिलोंग करदा कि किसान ने रखिया तो बीज वास्ते हुंदा कोई पैसा, वो फिर कहना जी कहना तुसी आए करो इनू करजे च ही ला दो, जिहड़ा बी वास्ते पैसे रखे थे वो करजा आए वध गया, उन्हें रखे किसी होर वास्ते ने कि कोई नहीं बी दे वखरे रखो उहदा तुहाडा वखरे हिसाब कर देंगे, वो करजे च कहना जी हुण बही ती ला लो, ते हुण मेरे कोल होर मेरी परोखो है नहीं, वो बही ते लग गया, वो 1,80,000 करोड़ हो गया।
ਸੋ ਫਰਵਰੀ 2017 ਚ ਸਾਡੇ ਜੁੰਮੇ ਕਰਜ਼ਾ 1,80,000 ਕਰੋੜ ਸੀ ਤੇ ਹੁਣ ਜਿਹੜਾ ਆਹ ਬਜਟ ਪੇਸ਼ ਕਰਿਆ ਸਾਡੇ ਵਿੱਤ ਮੰਤਰੀ ਸਾਹਿਬ ਨੇ ਉਹਨਾਂ ਨੇ ਬਜਟ ਦੇ ਵਿੱਚ ਲਿਖਿਆ ਹੈ ਕਿ ਸਾਡਾ 273,703 ਕਰੋੜ ਕਰਜ਼ਾ ਹੋ ਜਾਣਾ ਹੈ 273,703 ਕਰੋੜ ਇਹ 31 ਮਾਰਚ ਤੱਕ ਜੇ ਅਸੀਂ ਕੋਈ ਹੋਰ ਪੈਸੇ ਬਜਟ ਤੋਂ ਬਿਨਾਂ ਨਾ ਖਰਚਣੇ ਹੋਣ ਇਹ 273,000 ਹੋਣ ਦਾ ਮਤਲਬ ਇਹ ਹੋ ਗਿਆ ਵੀ ਅਸੀਂ 92,000 ਕਰੋੜ ਰੁਪਈਆ 93,000 ਕਰੋੜ 5 ਸਾਲਾਂ 'ਚ ਲੈ ਲਿਆ 18,500 ਕਰੋੜ ਹਰ ਸਾਲ ਦਾ ਪਹਿਲਾਂ ਤਕਰੀਬਨ 10,000 ਕਰੋੜ ਸੀ ਸਾਲ ਦਾ 49,000 ਤੋਂ 1,50,000 ਹੋਇਆ ਸੀ ਹੁਣ 18,500 ਸਾਲ ਦਾ ਹੋ ਗਿਆ ਠੀਕ ਹੋ ਗਿਆ ਦੁੱਗਣੇ ਭਾਅ ਤਾਂ ਹੋਏ ਨਹੀਂ ਇੰਨੇ ਫਿਰ ਇਸ ਤੋਂ ਇੱਕ ਗੱਲ ਹੋਰ ਹੋਈ ਹੈ ਵੀ ਫਿਰ ਬਦਲ ਗਈ ਸਰਕਾਰ ਕੈਪਟਨ ਸਾਹਿਬ ਦੀ ਥਾਂ 'ਤੇ ਇੱਕ ਨਵੇਂ ਆ ਗਏ ਮੁੱਖ ਮੰਤਰੀ ਸਾਹਿਬ ਸਾਡੇ ਕੈਬਨਿਟ ਭਾਵੇਂ 70% ਉਹੀ ਹੈ ਉਹ ਕਹਿੰਦੇ ਵੀ ਪੈਸੇ ਪੂਸੇ ਦੀ ਘਾਟ ਤਾਂ ਹੈਗੀ ਹੈ ਪਰ ਇੰਨੀ ਘਾਟ ਨਹੀਂ ਹੈ ਇਹ ਨਹੀਂ ਵੀ ਅਸੀਂ ਭੁੱਖੇ ਮਰਦੇ ਹਾਂ ਉਹਨਾਂ ਨੇ 3,000 ਕਰੋੜ ਰੁਪਈਆ ਤਾਂ ਬਿਜਲੀ ਅਤੇ ਪਾਣੀ ਦੇ ਜਿਹੜੇ ਬਿੱਲ ਲੰਬਿਤ ਪਏ ਸੀ ਲੋਕਾਂ ਨੇ ਭਰੇ ਨਹੀਂ ਸੀ 1,800 ਬਿਜਲੀ ਦੇ ਅਤੇ 1,200 ਕਰੋੜ ਪਾਣੀ ਦੇ ਉਹ ਕਹਿੰਦਾ ਵੀ ਉਹ ਕਹਿੰਦੇ ਮਾਫ਼ ਕਰਦੇ ਉਹਦੇ ਵਿੱਚ ਵੈਸੇ ਮੇਰਾ ਮਤਭੇਦ ਇਹ ਹੈ ਵੀ ਦੋ ਤਰ੍ਹਾਂ ਦੇ ਬੰਦੇ ਬਿੱਲ ਨਹੀਂ ਭਰਦੇ ਇੱਕ ਹੁੰਦੇ ਨੇ ਵਿਚਾਰਿਆਂ ਦੇ ਕੋਲ ਪੈਸਾ ਹੀ ਨਹੀਂ ਹੁੰਦਾ ਮਜਬੂਰੀ ਹੁੰਦੀ ਹੈ ਨਾ ਭਰਨਾ ਇੱਕ ਬਦਮਾਸ਼ੀ 'ਚ ਨਹੀਂ ਭਰਦੇ ਪੈਸਾ ਬਥੇਰਾ ਹੁੰਦਾ ਜਿਵੇਂ ਇੱਕ ਤਾਂ ਵਾਨੀ ਡਾਨੀ ਕਰਜ਼ਾ ਮਾਰ ਰਹੇ ਨੇ ਕਿਸ਼ਤ ਨਹੀਂ ਦਿੰਦੇ ਇੱਕ ਵਿਚਾਰਾ ਗਰੀਬ ਕਿਸਾਨ ਨਹੀਂ ਕਿਸ਼ਤ ਦਿੰਦਾ ਜਾਂ ਖੇਤ ਮਜ਼ਦੂਰ ਨਹੀਂ ਦਿੰਦਾ ਦੋਹਾਂ 'ਚ ਬੜਾ ਫਰਕ ਹੈ ਪੈਸੇ ਤਾਂ ਬੈਂਕ ਦੇ ਨੇ ਸੋ ਤੁਸੀਂ ਜੇ ਮਾਫ਼ ਕਰਨਾ ਉਹਦਾ ਕਰੋ ਜਿਹਨੇ ਮਜਬੂਰੀ 'ਚ ਨਹੀਂ ਦਿੱਤਾ ਜਿਹਨੇ ਬਦਮਾਸ਼ੀ 'ਚ ਨਹੀਂ ਦਿੱਤਾ ਤੁਸੀਂ ਉਦੋਂ ਵੀ ਮਾਫ਼ ਕਰਤਾ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਜਾਣ ਬੁੱਝ ਕੇ ਬਦਮਾਸ਼ੀ ਨਾਲ ਪੈਸੇ ਨਹੀਂ ਭਰੂਗਾ ਹੋਣ ਦੇ ਬਾਵਜੂਦ ਆਪਣੇ ਗੁਰਸ਼ਲ ਢੇਡ ਆਊਗਾ ਫਿਰ ਤਾਂ ਤੁਸੀਂ ਉਹਨੂੰ ਸਮਾਂ ਹੋਰ ਜ਼ਿਆਦਾ ਮੌਕਾ ਦੇ ਤਾ ਵੀ ਚੱਲ ਚੱਕ ਲੈ ਤੂੰ ਚੱਕਦੇ ਵੱਟੇ ਇੱਕ ਤਾਂ ਇਹ ਉਹਦੇ 'ਚ ਗਲਤੀ ਸੀ ਫਿਰ ਇਹਨਾਂ ਨੇ ਪਰ ਜਦ ਉਹ 3,000 ਕਰੋੜ 46 ਲੱਖ ਪਰਿਵਾਰਾਂ ਨੂੰ ਜਾਣਾ ਸੀ 46 ਲੱਖ ਉਹਦਾ ਲਾਭ ਹੋਣਾ ਸੀ ਸਾਡੇ ਅਰਥ ਸ਼ਾਸਤਰੀ ਜਿਹੜੇ ਆਪਦੇ ਆਪ ਨੂੰ ਇਹ ਕਹਿੰਦੇ ਵੀ ਸਾਡੇ ਵਰਗਾ ਤਾਂ ਸਿਆਣਾ ਕੋਈ ਨਹੀਂ ਅਸੀਂ ਬੜੇ ਲੋਕਾਂ ਦੇ ਹੱਕੀ ਹਾਂ ਤੁਹਾਡੇ ਪਟਿਆਲੇ ਯੂਨੀਵਰਸਿਟੀ ਦੇ ਨੇ ਰਿਟਾਇਰ ਹੋਏ ਹੋਏ ਨੇ ਕ੍ਰੈਡਿਟ 'ਚ ਕੰਮ ਕਹਿੰਦੇ ਪੱਠਾ ਰਹਿ ਗਿਆ ਖਜ਼ਾਨੇ ਦਾ ਕਰਜ਼ੇ 'ਚ ਬਾਲ ਬਾਲ ਡੁੱਬ ਗਿਆ 3,000 ਕਰੋੜ ਰੁਪਈਆ ਦੇ ਤਾ ਫਰੀ ਬੀਜ ਦੇਈ ਜਾ ਰਹੇ ਨੇ ਬੜਾ ਰੌਲਾ ਪਾਤਾ ਅਖਬਾਰਾਂ 'ਚ ਆਰਟੀਕਲ ਜਵਾਬ ਬਿਆਨ ਦੇ ਤੇ ਫਿਰ ਚੰਨੀ ਸਾਹਿਬ ਨੇ ਇੱਕ ਹੋਰ ਕਰਿਸ਼ਮਾ ਕਰਤਾ ਉਹ ਕਹਿੰਦੇ ਵੀ ਮੈਂ 11% DA ਦੇਤਾ ਮੁਲਾਜ਼ਮਾਂ ਨੂੰ 5,400 ਕਰੋੜ ਰੁਪਈਆ ਉਹਦਾ ਮੰਦਾ ਫਿਰ ਇੱਕ ਹੋਰ ਗੱਲ ਕਹਿਤੀ ਕਹਿੰਦੇ ਭਾਵੇਂ ਤੁਹਾਡੀਆਂ ਤਨਖਾਹਾਂ ਪਹਿਲਾਂ ਹੀ 1.5 ਗੁਣਾ ਨੇ ਕੇਂਦਰ ਨਾਲੋਂ ਭਾਵੇਂ ਕੇਂਦਰ ਦੇ ਨਵੇਂ ਕਮਿਸ਼ਨ ਨਾਲੋਂ ਵੀ ਪੰਜਾਬ ਦਾ ਮੁਲਾਜ਼ਮ ਵੱਧ ਤਨਖਾਹ ਲੈ ਰਿਹਾ ਕੋਈ ਗੱਲ ਨਹੀਂ ਮੈਂ 15% ਦਾ ਹੋਰ ਵਾਧਾ ਦਿੱਤਾ 15,000 ਕਰੋੜ ਉੱਥੇ ਲੱਗ ਜਾਣਾ ਉਹ ਜਿਹੜਾ 21,500 ਕਰੋੜ 4 ਲੱਖ ਪਰਿਵਾਰਾਂ ਕੋਲ ਜਾਣਾ ਉਹ 6 ਲੱਖ ਬੰਦਾ 5.5 ਲੱਖ ਵਿੱਚ ਪੈਨਸ਼ਨਰ ਵਿੱਚ ਮੁਲਾਜ਼ਮ ਤੇ ਕਈ ਘਰਾਂ 'ਚ ਤਾਂ 2-2 ਨੇ ਸਾਡੇ ਵਰਗੇ ਸੋ ਇਸ ਕਰਕੇ ਪਰਿਵਾਰ 4 ਲੱਖ ਹੈ 4 ਲੱਖ ਪਰਿਵਾਰਾਂ ਨੂੰ 21,000 ਕਰੋੜ ਦੇਤਾ ਉਦੋਂ ਕਿਸੇ ਦੇ ਪੇਟ 'ਚ ਦਰਦ ਨਹੀਂ ਹੋਇਆ ਉਦੋਂ ਕਿਸੇ ਨੂੰ ਕੋਈ ਔਖਾ ਨਹੀਂ ਲੱਗਿਆ ਵੀ ਹੈ ਇਹ ਤਾਂ ਕਰਜ਼ਾ ਚੜ ਜੂ ਯਾਰ ਇੰਨਾ ਪੈਸਾ ਕਿੱਥੋਂ ਆਊਗਾ ਉਦੋਂ ਕੋਈ ਚਿੰਤਾ ਨਹੀਂ ਕਿਉਂਕਿ ਕੋਈ ਸਾਡੇ ਆਪਣੇ ਨੇ ਅਸੀਂ ਵੀ ਮੁਲਾਜ਼ਮ ਹਾਂ ਅਸੀਂ ਵੀ ਪੈਨਸ਼ਨਰ ਹਾਂ ਪੈਸਾ ਸਾਨੂੰ ਵੀ ਮਿਲਣਾ ਇਹ ਤਾਂ ਇਕੱਲਾ ਸਰਕਾਰੀਆਂ ਦਾ ਤਕਰੀਬਨ ਜਿਹੜੇ ਰਿਟਾਇਰੀ 'ਚ ਹੋਰ ਨੇ 2 ਲੱਖ ਮੁਲਾਜ਼ਮ ਅਤੇ ਪੈਨਸ਼ਨਰ ਬੋਰਡਾਂ ਕਾਰਪੋਰੇਸ਼ਨਾਂ ਦੀ ਵੀ ਨੇ ਉਹਨਾਂ ਦਾ ਜੀ ਹੋਰ ਡਿਮਾਰਸ ਪੈਣਾ ਨੇ ਸੋ ਉਹਦੇ ਉੱਤੇ ਬਿਲਕੁਲ ਕਿਸੇ ਅਰਥ ਸ਼ਾਸਤਰੀ ਨੂੰ ਕਿਸੇ ਸਮਾਜ ਸ਼ਾਸਤਰੀ ਨੂੰ ਕਿਸੇ ਸਿਆਸਤਦਾਨ ਨੂੰ ਕਿਸੇ ਪ੍ਰੈਸ ਵਾਲੇ ਨੂੰ ਜਿਹੜਾ ਜਿੰਨੀ ਵੀ ਇਤਰਾਜ਼ ਨਹੀਂ ਹੈ ਕਿਉਂਕਿ ਜਿਸ ਪ੍ਰੈਸ ਨੇ ਉਹ ਆਰਟੀਕਲ ਲਾਇਆ ਜਿਹਨਾਂ 'ਚ ਉਹਨਾਂ ਦੇ ਬਿਆਨ ਲਾਏ ਵੀ ਇਹ ਭੱਠਾ ਬਹਿ ਜੂ ਉਹ ਫਿਰ ਦੂਜੇ ਪਾਸੇ ਦਾ ਵੀ ਆਰਟੀਕਲ ਲਾ ਦਿੰਦੇ ਨਾ ਇਹ ਹੈ ਹੁਣ ਫਿਰ ਖਜ਼ਾਨੇ ਦਾ ਪੈਸਾ ਆ ਕਿੱਥੋਂ ਰਿਹਾ ਜਿਹੜਾ ਟੈਕਸ ਵਾਲਾ ਪੈਸਾ ਮੈਂ ਦੱਸ
पंजाब दे विच पिछले साल जिहड़ा पंजाब सरकार ने आपदे बजट च पेश करिया इस बजट च भी इन्ना इकट्ठा है वो टैक्स 49,865 करोड़ रुपया इकट्ठा है। टैक्स टैक्स का माली मालिया इन्होंने 72,003 करोड़ इकट्ठा करे पर जिहड़ा टैक्स का पैसा आया है वो 49,865 करोड़ आया। उस 49,865 च मतलब मैं कहांगा जुलम साई का 49,600 करोड़ रुपया 49,615 करोड़ रुपया टेढ़े टैक्सा का है, सिर्फ 250 करोड़ रुपया जिहड़ा सीधे टैक्सा का, सीधा टैक्स होंदा है भी इनकम टैक्स लग गया जी फलाना, जिहड़े सीधा टैक्स होंदे ने सरकार दे। बाकी धंधा कि जिवें पेट्रोल पाउने आ तो आप थोड़ा टैक्स दे रहे हैं सरकार को, पैसे पेट्रोल पंप वाला लेके दे रहा गा सरकार को। आप कोई कपड़ा खरीदने वो तो आप तक सरकार को टैक्स नहीं ना जमा करा रहे। सो जिहड़े टेढ़े टैक्स नूं हरेक व्यक्ति दे रहा है, जे कोई एक जवाक की कच्छी खरीदा वह भी दे रहा है, जे एक पेंसिल खरीदा वह भी दे रहा है, वह गल वक्री है भी बेचने वाला गाँव की चोरी करजे भरा भरे ना सरकार च, वो तो इन्हों भाई भतीजे ने। जे कोई कापी खरीद के दिता जवाक न, किताब खरीद के दिता, कोई खिडौना खरीद के दिता, कोई दवाई खरीद के दिता है बीमार को दवाई लेके दिता, वो सब तो वो टैक्स दे रहा है। हूँ जो हरेक से टैक्स पै रहा है वो है 16,355 रुपये प्रति व्यक्ति पंजाब च, जिहड़ा टैक्स सीधा है वो सिर्फ 75 रुपये प्रति व्यक्ति है, जिहड़ा कल्ले अमीर लगना है वह 75 रुपये प्रति व्यक्ति है। हुण तुसीं आपे हिसाब लाओ जी, नस्त्र असीं उत्थे ला रहे हैं जिथे खून नहीं है जां उत्थे ला रहे हैं जिथे खून है। साढ़े माता जी सानू बचपन च कहिंदे हुंदे, क्योंकि असीं बिजनेस कम्युनिटी वाले सी, पुत्र बिजनेस कम्युनिटी मुनाफे से गुजारा करती है, मेहनत नूं मुनाफा कह के लोग सारदे ने, हुंदी तो मेहनत ही है, सवेरे तो शाम तक दुकान ते बैठना समान लिआउणा सामना। पुत्र नस्त्र उत्थे डाई दी है जिथे खून होवे, जिथे खून ना होवे उत्थे नस्त्र नहीं डाई दी। समझ आ गई सानू भी माता यह कहना चाहती है भी गरीब तो नहीं मुनाफा लेना, कदे उन्हूं भावें छड्ड भी दी थोड़ा बहुता यार तकड़ा वो तो लै छड्डी। सो ये सरकार नस्त्र उल्टे पासे ला रही है। ये तो हो गया टैक्स इकट्ठा करन दा तरीका। हुण जिहड़ा 49,865 करोड़ हुंदा है इकट्ठा, ते जिहड़ा 73,000 करोड़ इकट्ठा होया टोटल माली मालिया होर समा चीज़ां चूज़ां बेच के होर इधरों उधरों लैके, उहदे विच्चों 39,500 करोड़ रुपया मुलाजमां ते पेंशनरां दा पेंशन दा खर्चा है। इहनूं कहिंदे ने कमिटड खर्चे, भी इह तां देणी देणे ने, तां पक्के खर्चे ने, पक्के खर्चे कह लो, वायदा करिया होया। तां इहदों अगे 20,000 करोड़ ब्याज दा है, इहदे च मूल नहीं मोड़न दा शामिल। जिहड़ा 40,000 करोड़ कहा है वो बिच मूल जद मोड़ना हुंदा हर साल, ये कल्ले ब्याज ब्याज दा 20,000 करोड़ है। ते तकरीबन 9,000 करोड़ बिजली की, जिहड़ी पहला 3 रुपए वाली गल नहीं, पहला सबसिडी सी जिहड़ी जिहड़ी जांदी सी किसानां नूं, भावें बादल साहब वर्गे भी अमरिंदर सिंह वर्गे भी उहनां दे विच शामिल ने, कई कई मोटरां वाले 200-200 किले जमीन वाले भी, झोटां ने मझां दे नां ते जमीन लवाउण वाले भी, वह भी शामिल ने। ਕਿ ਉਹਦੇ ਵਿੱਚ ਜਾਂਦਾ ਸੀ ਇੰਡਸਟਰੀ ਨੂੰ, ਉਹਦੇ ਵਿੱਚ ਜਾਂਦਾ ਸੀ ਬੀ ਪੀ ਐਲ ਪਰਿਵਾਰਾਂ ਨੂੰ, ਉਹਦੇ ਜਾਂਦਾ ਸੀ ਐਸ ਸੀ ਪਰਿਵਾਰਾਂ ਨੂੰ ਬਿਜਲੀ ਦੀ ਮਾਫ਼ੀ ਦਾ। ਸੋ ਇਹ ਜਿਹੜਾ ਬਿਜਲੀ ਦੀ ਮਾਫ਼ੀ ਦਾ 9,000 ਕਰੋੜ ਸੀ, ਜਦ ਇਹਨੂੰ ਆਪਾਂ ਜੋੜਦੇ ਹਾਂ ਤਾਂ ਇਹ 68,000 ਕਰੋੜ ਬਣ ਜਾਂਦਾ, ਤੁਸੀਂ ਦੇਖ ਲਓ ਬਣਦਾ ਕਿ ਨਹੀਂ 68,500। 72,000 करोड़ तो 68,500 करोड़ घटा दो, 4,000 करोड़ रह गए लफड़ी, 4,000 नूं न्योंदे पालो, कोके पालो, उहदे नाल सड़कां बना लो, उहदे नाल हस्पताल बना लो, उहदे नाल पानी दे लोकां नूं, उहदे नाल जो देना दे दो,
ला लो भी आ तीन मदा के उत्ते जो 20,000 करोड़ ब्याज द वह भी मुलाजमान तनखाह देन करके क्योंकि एक लाख तनखाह बढ़ गई वो करजा ज्यादा लेना पाया हर साल वो ब्याज उन्होंने खाती है सब सो साढ़े 59,000 करोड़ रुपये तो तुम 4 लाख बंद दे जाने ये जड़ा है ना ये है कि न्याय संगत वंड नहीं है पैसे और ये बंदे क्योंकि रौला पाते हैं कोई टेंकियां चढ़ गया कोई होर कर गया कोई फलाना कर गया जी जी 1,00,000 रुपया तनखा वो 2.5 लाख कर दो। मैं एक चिट्ठी लिखी सरकार ने मैनू बड़ी चिंता लगी भी यार ये तो बहुत माड़ी गल हुई है 2011 हर सरकार जाती हुई कर दी है 2011 अक्तूबर च 12 चोणा हुई ने 11 अक्तूबर च इन्होंने एक तीक्षण सूद कमेटी बनाती उन्हें पंजाब के मुलाजमान की तनखाह पहले ही केंद्र नौ ज्यादा सीगे उन्हें 2.5 गुना करती उदू भी। मैं चिट्ठी लिखी फाइनेंस डिपार्टमेंट नूं भी जेडे गिद्दड़ सिंगी नाल 2.5 गुना करी है कोई अध्ययन करिया हो कोई देखा हो भाई इन्हों का काम ज्यादा है पैसे घट्ट मिलते हैं इन्हों बाकी सूबे नालों घट्ट मिलते हैं इन्हों केंद्र नालों घट्ट मिलते हैं इन्हों के खर्चे बड़े ज्यादा ने पढ़ाई से इन्हों काम करने वास्ते जाने आने बड़े ज़्यादा खर्चे ने इन्हों कपड़े बड़े फटते हैं इन्हों रोटी ज़्यादा खानी पैंदी है क्योंकि बड़ा मशक्कत वाला काम है कोई हिसाब तो तुम लाया होना है जिदे नाल तनखा वधाई है कोई हिसाब लाया जाता क्योंकि कमीशन यह सारे हिसाब लाद भी मैं जोड़ा इन्हों लाया 2 महीने हो गए बिच की मैंने गिदड़ पर्ची जी पाती भी थोड़े आ फलानी आए फलाना मैं लिखा तो बड़ा स्पष्ट लिखा मैं भी मैंने वो कापियां दो कहते सू लिखो भी कि गलत किड़ा कागज तुम्हें चाहिए मैं क्या मैं थोड़ा लिखता भी जेड़े जेड़े तुम आधार से फैसले करो वो नोटिंग वो फैसले वो चिट्ठिया सारिया दो हूँ मैं कि पता कि चिट्ठी क्ढी है तुम ये तो थोड़िया फाइलों च है। तो इस करके जिम्मे आप अदालत कह दिए जी फलाने फलाने पर अर्जी दे दी एस एस बंद के जिन्हें बयान ने इस दे सारा की कापी दी जाए वो दे देंगे ने रोज ही लेंदे ने वकील वो डेट वाइज थोड़ा लिख दें फलानी डेट का भी दो फलानी वो कहते सारे बयान दे दो। सो कहने का मेरा मतलब यह है बी जे पैसे ने यह ए वधा के इस तरह वरते जा रहे हैं हूँ आप आइए दूजे पास भी जड़ा साडा जड़ा पैसा खजाने घट क्यों आ रहा हूँ पैसा तो ज़्यादा चाहिए ऐतकी इन्हों का 1,68,015 करोड़ का बजट है जोड़ा वित्त मंत्री मनप्रीत बादल जी ने 21-22 आ जोड़ा 22 चल रहा है यदा बजट पेश कर 1,68,015 करोड़ का वो इन्होंने कहा कि 95,237 के किन्ने करोड़ जरूरी है जोड़ा माली माली इट्ठा करा बाकी कुछ असं समान बेचा कुछ करजा लवेंगे कुछ होर क्योंकि 1,68,000 करोड़ बना है ना सो माली माली तो 95,000 करोड़ ही है 70,000 करोड़ तक तो होर पास भी लेना पेगा ना खन्ना खुंजा चो बेचना जिन्ना बेचना इस करके जे तिने दरिया भी पंजाब के बेच दें तो भी शायद इन्हों का पूरा ना पड़े। सो एक तो यह है कि इन्हों को माली माली आने घट है दूजी गल कि यह है आ कुछ आ केंद्र ने जरा कानूनों के बारे सरकार सच्ची रोंदी है 5,000 करोड़ रुपया मंडीकरण बोर्ड में आमदन हो रही थी टैक्सा की वो सारा 5,000 करोड़ जाऊगा जिते मंडिया बंद हो गई किन्ने लोगों को रुजगार मिले हुआ पंडेदार ने उत्ते चराई वाले ने भराई वाले ने रेहड़ी रिक्शे वाले ने कोई होटल वाले ने कोई आड़तीए ने कोई मुनीम ने कोई उत्ते व्यापारी ने कोई उत्ते तोले ने कोई इस करके बहुत सारे बंदे ने उत्ते जिहड़े लगे हुए ने वो सब का रुजगार भी जाऊगा। सो ये जिहड़ा हैगा पैसा खजाने च आउण दा जिहड़ा टैक्स है एक फिर मैं कहना उही भी जिस कम्यूनिटी नूं मैं बिलोंग करदा हां व्यापारी कम्यूनिटी है व्यापार च असीं हर गल दा कि लफाफे किन्ने लगे रद्दी किन्नी लगी कुड़ी बन के दिने ना समान की वो भी पैसे बच्चे गिन जी सवेरे उठ के धूफ दिने माचिस किन्नी लगी क्योंकि सारा दुकान तो खर्चा तो पै ही है ना वो सफाई करने वास्ते जोड़ा रखा हर चीज़ के खर्चे रला के फिर तो पता लगता भी मुनाफा की है किसानों तो दस दी नहीं किसान बेचारा सारा दिन मिट्टी ना मिट्टी हो ही जाता है भाव मिशन मेरे होर ही कुछ कह देंगे ने भाई वह गिनता लो भी ये जमीन का किन्ना बनता सी इन्हें बीज किन्ने का पाऊ ये रेह किन्ने का पाऊ ये कीटनाशक किन्ने पाऊगा हाँ जी फिर यदि जमीन की जी
ਉਹ ਤਾਕਤ ਘਟੀ ਜਾਣੀ ਹੈ, ਉਹ ਕਿੰਨੀ ਘਟ ਜਾਣੀ ਹੈ, ਉਹਨੂੰ ਦੁਬਾਰਾ ਲਿਆਉਣ ਵਾਸਤੇ ਕਿੰਨਾ ਕਰਨਾ ਪਊਗਾ, ਫਿਰ ਇਹ ਕਿੰਨੇ ਜੀ ਕੰਮ ਕਰਦੇ ਨੇ, ਇਹਨਾਂ ਦੇ ਕਿੰਨੇ ਪੈਸੇ ਹੋਏ, ਫਿਰ ਜਿਹੜੇ ਸੰਦ ਲਏ ਹੋਏ ਨੇ ਉਹਨਾਂ ਦਾ ਵਿਆਜ ਕਿੰਨਾ ਬਣਦਾ, ਫਿਰ ਉਹ ਸੰਦਾਂ ਦੀ ਕਸਾਈ ਕਿੰਨੀ ਹੈ, ਫਿਰ ਉਹਨਾਂ ਨੂੰ ਠੀਕ ਕਰਾਉਣ ਦਾ ਮੁਰੰਮਤ ਕਰਾਉਣ ਦਾ ਕਿੰਨਾ ਖਰਚਾ। ਤੁਸੀਂ ਇਹ ਸਾਰੇ ਖਰਚੇ ਪਾਓਗੇ ਤਾਂ ਹੀ ਤਾਂ ਪਤਾ ਲੱਗੂਗਾ ਵੀ ਅਸਲੀ ਖਰਚਾ ਕੀ ਹੈ। ਸੋ ਬਾਣੀ ਵਾਲੇ ਹਿਸਾਬ ਤੋਂ ਪਾ ਲੈਂਦੇ ਨੇ, ਜਿੱਥੇ ਵਪਾਰ ਹੈ ਜਿੱਥੇ ਖੇਤੀ ਉੱਥੇ ਪਾਉਂਦੇ। ਲੈ ਇੱਥੇ ਇੱਕ ਤਾਂ ਇਹ ਹੈ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਵੀ ਐਂ ਹੋ ਰਹੀ ਹੈ। ਖਜ਼ਾਨੇ ਦੀ ਲੁੱਟ ਕਿਵੇਂ ਹੋ ਰਹੀ ਹੈ? ਅਸੀਂ ਕਹਿੰਦੇ ਹੁੰਦੇ ਵੀ ਜਦ ਜਿਸ ਘਰ 'ਚ ਗੋਝੀ ਰੱਖਣ ਲੱਗ ਜਾਣ ਜਾਂ ਜਿਸ ਵਪਾਰ 'ਚ ਇੱਕ ਜਿਹੜਾ ਹਿੱਸੇਦਾਰ ਹੈ ਉਹ ਵਿੱਚੋਂ ਪੈਸੇ ਕੱਢਣੇ ਸ਼ੁਰੂ ਕਰ ਲਏ, ਬਹੀ 'ਚ ਚੜ੍ਹਾ ਵੀ ਨਾ, ਅਤੇ ਫਿਰ ਉਹ ਵਪਾਰ ਬਚਦਾ ਨਹੀਂ, ਨਾ ਉਹ ਘਰ ਬਚੇ ਜਿੱਥੇ ਗੋਝੀ ਰੱਖਣ ਲੱਗ ਜੇ ਕੋਈ। ਸੋ ਇਹਨਾਂ ਨੇ ਗੋਝੀ ਹਰ ਪਾਸੇ ਲਾ ਦਿੱਤੀ, ਖਜ਼ਾਨੇ 'ਚ ਤਾਂ ਪੈਸਾ ਆਉਂਦਾ ਹੀ ਨਹੀਂ। ਇੱਕ ਤਾਂ ਕਾਨੂੰਨੀ ਤਰੀਕੇ ਨਾਲ ਕਹਿਤਾ ਵੀ ਕਾਰਡ ਆਪਦੇ ਕੋਲ ਪੈਸਾ ਇਕੱਠਾ ਕਰਕੇ ਉਹਨੂੰ ਕਹਿੰਦੇ ਨੇ PL ਦੇ ਅਕਾਊਂਟ, ਵੀ ਤੁਸੀਂ ਆਪਦੇ ਖਾਤੇ 'ਚ ਜਮ੍ਹਾਂ ਕਰਾ ਲਓ, ਉੱਥੋਂ ਚਲਾ ਲਿਆ ਕਰੋ, ਕੁਛ ਦੱਸ ਨਹੀਂ। ਜਾਂ ਇਹਨਾਂ ਨੇ ਕਰਤਾ ਵੀ ਟੈਕਸ ਆ ਵੀ ਨਾ, ਜਿਹੜਾ ਜਿਹੜਾ ਲੋਕ ਕਹਿੰਦੇ ਨੇ ਮਾਫੀਆ, ਹੋਰ ਮਾਫੀਆ ਕੀ ਹੈ? ਤੁਹਾਡਾ ਰੇਤ ਜਾ ਰਿਹਾ, ਤੁਹਾਡੀ ਬਜਰੀ ਜਾ ਰਹੀ ਹੈ, ਉਹਦੇ ਉੱਤੇ ਤੁਹਾਨੂੰ ਟੈਕਸ ਆਉਣਾ ਹੈ, ਉਹ ਟੈਕਸ ਤੁਹਾਡੇ ਕੋਲ ਆ ਹੀ ਨਹੀਂ ਰਿਹਾ, ਲੋਕਾਂ ਨੂੰ ਵੀ ਉਹ ਸਸਤਾ ਨਹੀਂ ਮਿਲ ਰਿਹਾ, ਲੋਕਾਂ ਨੂੰ ਰੁਜ਼ਗਾਰ ਵੀ ਨਹੀਂ ਮਿਲ ਰਿਹਾ, ਗੁੰਡਾ ਟੈਕਸ ਇਕੱਠਾ ਕਰਿਆ ਜਾ ਰਿਹਾ। ਉਹਦੇ 100 ਬਹਾਨੇ ਲਾਣਗੇ ਵੀ ਨਹੀਂ ਜੀ ਅਸੀਂ ਤਾਂ ਐਂ ਕਰਦੇ ਹਾਂ ਐਂ ਕਰਦੇ ਹਾਂ, ਅਸੀਂ ਰੋਜ਼ ਹੀ ਦੇਖਦੇ ਹਾਂ ਗੱਲਾਂ ਨੂੰ। ਇਸ ਤੋਂ ਅੱਗੇ ਸ਼ਰਾਬ ਹੈ, ਉਹਦੇ 'ਚ ਆਪਾਂ ਨੂੰ ਪਤਾ ਕਿੰਨੇ 2 ਨੰਬਰ 'ਚ ਵਿਕ ਰਹੀ ਹੈ, ਉਹ ਵੀ ਮਾਫੀ ਹੈ। ਕੇਬਲ ਹੈ, ਉਹ ਵੀ ਮਾਫੀ ਹੈ। ਨੌਕਰੀਆਂ ਦਾ ਵੀ ਮਾਫੀ ਹੈ, ਉਹ ਤਾਂ ਤੁਸੀਂ ਕਰ ਹੀ ਚੁੱਕੇ, ਨੌਕਰੀਆਂ ਦਾ ਵੀ ਮਾਫੀ ਹੈ, ਲੋਕਾਂ ਦੇ ਕੰਮ ਕਰਾਉਣ ਦਾ ਵੀ ਮਾਫੀਆ। ਚੱਲ ਤੈਨੂੰ ਰਿਸ਼ਵਤ ਪਾ ਕੇ ਆ ਥਾਣੇ 'ਚੋਂ ਚੜਾ ਦਿੰਦੇ ਹਾਂ, ਤੈਨੂੰ ਇੱਥੇ ਤਸੀਲੇ ਤੇਰੀ ਰਜਿਸਟਰੀ ਸਸਤੀ ਕਰਾ ਦਿੰਦੇ ਹਾਂ। ਜਿਹੜਾ ਟੈਕਸ ਸਰਕਾਰ ਨੂੰ ਆਉਣਾ ਸੀ ਨਹੀਂ ਆ ਰਿਹਾ, ਕਿਉਂਕਿ ਸਾਡਾ ਅਰਥਚਾਰਾ ਇਹੋ ਜਿਹਾ ਬਣਾਤਾ ਜਿਹਦੇ ਵਿੱਚ ਐਡੀ ਵੱਡੀ ਦਿੱਕਤ ਆਉਂਦੀ ਹੈ। ਜਿਹੜਾ ਬੰਦਾ ਕਹਿੰਦਾ ਨਹੀਂ ਮੈਂ ਤਾਂ ਉਨੇ ਹੀ ਪੈਸੇ ਦੇਣੇ ਨੇ ਜਿੰਨੇ ਦੇ ਉਨੇ ਦੀ ਰਜਿਸਟਰੀ ਕਰਾਉਣੀ ਆ, ਜਿੰਨੇ ਪੈਸੇ ਦੇਣੇ ਨੇ, ਉਹਨੂੰ ਛੇਤੀ ਛੇਤੀ ਘਰ ਜਾਂ ਜ਼ਮੀਨ ਮਿਲਦੀ ਨਹੀਂ। ਮੈਂ ਇੱਕ ਰਜਿਸਟਰੀ ਕਿਤੇ ਦੇਖ ਰਿਹਾ ਸੀ, ਉਹਦੀ ਵੈਲਿਊਏਸ਼ਨ ਤਹਿਸੀਲਦਾਰ ਨੇ ਜੋ ਕਰੀ ਹੋਈ ਸੀ ਵਿੱਚ, ਕਿਉਂਕਿ ਲਿਖਦੇ ਨੇ ਵੀ ਇਹਦੀ ਵੈਲਿਊਏਸ਼ਨ ਕਿੰਨੀ ਹੈ, ਉਹ ਵੈਲਿਊਏਸ਼ਨ ਲਿਖੀ ਹੋਈ ਸੀ 60 ਲੱਖ ਦੀ, ਰਜਿਸਟਰੀ ਹੋਈ ਹੋਈ ਸੀ 1,17,00,000 ਦੀ। ਉੱਥੇ ਤਾਂ ਇਹਦਾ ਟੈਕਸ ਅਗਲੇ ਨੇ ਦਿੱਤਾ, ਵੈਲਿਊਏਸ਼ਨ ਦੇ ਤੋਂ ਵੱਧ ਤਾਂ ਜੇ ਕੋਈ ਕਰਾਉਂਦਾ ਹੈ ਇਹਦਾ ਮਤਲਬ ਉਹਨੇ ਤਹਿਸੀਲਦਾਰ ਨੂੰ ਪੈਸੇ ਨਹੀਂ ਦਿੱਤੇ, ਉਹ ਸਰਕਾਰੀ ਖਜ਼ਾਨੇ 'ਚ ਗਿਆ। ਇਹਦੇ ਉਲਟ ਇੱਕ ਬੰਦਾ ਜੱਜ ਬਣ ਰਿਹਾ ਸੀ, ਜਿਹੜੀ ਕੋਠੀ, ਇਹ ਪੁਰਾਣੀ ਗੱਲ ਹੈ ਅੱਜ ਤੋਂ 20 ਸਾਲ ਪੁਰਾਣੀ, ਜਿਹੜੀ ਕੋਠੀ 50 ਲੱਖ ਦੀ ਉਦੋਂ ਵਿਕਦੀ ਸੀ ਉਹਦੀ ਰਜਿਸਟਰੀ 17 ਲੱਖ ਦੀ ਹੋਈ ਹੋਈ। ਇਹ ਬਿਨਾਂ 2 ਨੰਬਰ ਦੇ ਪੈਸੇ ਨਾਲ ਹੀ ਹੋਊਗੀ ਨਾ, ਪਰ ਉਹ 1 ਕੋਠੀ 'ਚ 30 ਲੱਖ ਰੁਪਈਏ ਦੀ ਹੇਰਾਫੇਰੀ ਹੋਈ ਹੋਈ ਸੀ, ਕਿਉਂਕਿ ਉਹਦੇ 'ਤੇ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ। ਵਾਈਟ ਮਨੀ ਦੇਣ ਵਾਸਤੇ 30% ਟੈਕਸ ਪਹਿਲਾਂ ਦਿੱਤਾ ਹੋਵੇ ਤਾਂ ਤੁਹਾਡਾ ਚਿੱਟਾ ਜਿਹੜਾ ਅਸਲੀ ਪੈਸਾ ਬਣੇਗਾ। ਇਸੇ ਤਰ੍ਹਾਂ ਹੀ ਫਿਰ ਸਟੈਂਪ ਡਿਊਟੀ ਵੱਧ ਲੱਗੇਗੀ, ਜੇ ਤੁਸੀਂ ਰਜਿਸਟਰੀ 50 ਲੱਖ ਦੀ ਕਰਾਉਣਾ ਤਾਂ ਕਿਤੇ 17 ਲੱਖ ਦੀ ਕਰਾਉਣੇ, ਜੇ 6% ਵੀ ਹੈ ਕਿੱਥੇ 3 ਲੱਖ ਲੱਗਣਾ ਸੀ ਅਤੇ ਕਿੱਥੇ ਤੁਸੀਂ 1 ਲੱਖ ਨਾਲ ਹੀ ਸਾਰ ਲਿਆ। ਸੋ ਇਹ ਜਿਹੜੀ ਟੈਕਸ ਦੀ ਐਂ ਚੋਰੀ ਹੋ ਰਹੀ ਹੈ ਇਹਦਾ ਕੋਈ ਹਿਸਾਬ ਹੀ ਨਹੀਂ। ਹਰ ਤਹਿਸੀਲਦਾਰ ਜੀ ਮੈਨੂੰ ਕੋਈ ਕਹਿ ਰਿਹਾ ਸੀ, ਕਹਿੰਦੇ ਜੀ ਹੁਣ ਤਾਂ ਰਜਿਸਟਰੀਆਂ ਗਿਣਦੇ ਨੇ, ਉਸ ਹਿਸਾਬ ਨਾਲ ਪੈਸੇ ਚੱਲਦੇ ਨੇ, ਅਤੇ ਜਿਹੜੀ ਥਾਣਿਆਂ 'ਚ ਪੋਸਟਿੰਗ ਹੁੰਦੀ ਹੈ ਉਹ ਮਹੀਨਿਆਂ ਦਾ ਹਿਸਾਬ ਹੈ। ਜੇ ਇਸ ਤਰ੍ਹਾਂ ਪੈਸਾ ਜਾਣਾ ਹੈ ਤਾਂ ਖਜ਼ਾਨੇ 'ਚ ਤਾਂ ਆਉਣਾ ਨਹੀਂ ਨਾ। ਸੋ ਇਸ ਕਰਕੇ ਜੇ ਅਸੀਂ ਇਹ ਜਿਹੜੇ ਮਾਫੀਆ ਨੇ ਟਰਾਂਸਪੋਰਟ, ਹੁਣ ਤਾਂ ਆ ਹੀ ਗਿਆ ਸਾਹਮਣੇ ਵੀ ਟੈਕਸ ਭਰਿਆ ਹੀ ਨਹੀਂ, ਜਦ ਇਹ ਰਾਜਾ ਵੜਿੰਗ ਨੇ ਥੋੜ੍ਹੀ ਜਿਹੀ ਉਹ ਕਰੀ ਆ ਸਕਤੀ, ਹਾਲਾਂਕਿ ਮੈਂ ਇਹਦੀ ਡਿਟੇਲ 'ਚ ਜਾਣ ਕੇ ਨਹੀਂ ਜਾ ਰਿਹਾ ਵੀ ਇਹਨਾਂ ਦਾ ਕੰਮ ਹੈ ਕਰਨ ਨਾ ਕਰਨ, ਪਰ ਸੱਚ ਗੱਲ ਇਹ ਹੈ ਵੀ ਟੈਕਸ ਦੀ ਚੋਰੀ ਹੋ ਰਹੀ ਹੈ। ਤੁਸੀਂ ਬੱਸ ਨੂੰ ਲਾਇਸੈਂਸ ਤਾਂ ਦਿੱਤਾ ਹੈ, ਪਰਮਿਟ ਤਾਂ ਦਿੱਤਾ ਹੈ ਉਸਨੂੰ ਟੂਰਿਸਟ ਬੱਸ ਦਾ, ਉਹ ਟੂਰਿਸਟ ਬੱਸ ਦੇ ਨਾਮ ਦੇ ਉੱਤੇ ਜਾਣ ਬੁੱਝ ਕੇ ਇੱਥੋਂ ਚੰਡੀਗੜ੍ਹੋਂ ਚੱਲਦੀ ਹੈ, ਅੰਮ੍ਰਿਤਸਰ ਜਾ ਕੇ ਸਵਾਰੀਆਂ ਲਾਉਂਦੀ ਔਰ ਕਦੀ ਕਦੀ ਸਵਾਰੀ ਬੁੱਕ ਕਰਦੀ ਹੈ, ਆਉਂਦੇ ਹੋਏ ਫਿਰ ਇੱਦਾਂ ਹੀ ਕਰਦੀ ਹੈ। ਉਹ ਬੱਸ ਰੈਗੂਲਰ ਬੱਸ ਦੀ ਤਰ੍ਹਾਂ ਚੱਲਦੀ ਹੈ, ਨਾ ਕਿ ਟੂਰਿਸਟ ਬੱਸ ਦੀ ਤਰ੍ਹਾਂ। ਟੂਰਿਸਟ ਬੱਸ ਤਾਂ ਘੁੰਮਣ ਫਿਰਨ ਵਾਸਤੇ ਹੁੰਦੀ ਹੈ। ਸੋ ਟੂਰਿਸਟ ਬੱਸ ਦੇ ਉੱਤੇ ਟੈਕਸ ਘੱਟ ਹੈ, ਸੋ ਉਹ ਤੁਸੀਂ ਸਾਰੇ ਹੀ ਟੈਕਸ ਹੇਰਾਫੇਰੀ ਨਾਲ ਕਰੀ ਜਾਂਦੇ ਹੋ। ਸੋ ਜਦ ਤੁਸੀਂ ਉਹ ਟੈਕਸ ਦੀ ਹੇਰਾਫੇਰੀ ਕਰੋਗੇ ਤਾਂ ਫਿਰ ਤੁਹਾਡੇ ਖਜ਼ਾਨੇ 'ਚ ਤਾਂ ਪੈਸਾ ਨਹੀਂ ਨਾ ਹੈਗਾ। ਜੇ ਬਾਲਟੀ ਨੂੰ ਡੀ ਕੀ ਥੱਲਿਓਂ ਬਾਲਟੀ ਤੁਸੀਂ ਜਦ ਮੋਰੀ ਵੱਡੀ ਕਰਤੀ ਉੱਤੋਂ ਪਾਉਣ ਵਾਲਾ ਟੂਟੀ ਦਾ ਪਾਣੀ ਘੱਟ ਆ ਰਿਹਾ, ਫਿਰ ਤਾਂ ਬਾਲਟੀ ਖਾਲੀ ਹੋ ਰਹਿਣੀ ਹੈ। ਸੋ ਮਨਪ੍ਰੀਤ ਬਾਦਲ ਦੀ ਤਾਂ ਇਹ ਹੈ ਕਿ ਉੱਤੋਂ ਟੂਟੀ ਉਹਨੇ ਛੋਟੀ ਕਰ ਰੱਖੀ ਹੈ,
थले बाल्टी च मोरा वड्डा है उसकी वो रिपेयर नहीं करता, सिर्फ वो इन्ने कही जाता है ये बाल्टी खाली है, ये बाल्टी खाली है ना, वो टूटी नू जो पानी ज़्यादा आवे उदा कोई प्रबंध करता है ना, वो जिहड़ा मोरा छड्डे है उदा कोई प्रबंध करता वे डी की हटा दा। ये मैं क्यों कहना, मैं यूनिवर्सिटी च गया दो गल्लां उत्थे बाबा फरीद यूनिवर्सिटी देखी, एक तो यह सी जी पेपर लीक हुंदा, बड़े बड़े जिहड़े अर्थशास्त्री जिहड़े कहिंदे सी पंजाब नू बदल देना, प्लानिंग बोर्ड के वाइस चेयरमैन रहे ने, तीन तीन यूनिवर्सिटियां दे वाइस चांसलर सेंट्रल यूनिवर्सिटी चांसलर रहे ने, वो कहने जी पेपर वीक तो इतने बंद ही नहीं हो सकता, यह तो तीन कमर की यूनिवर्सिटी। उन्होंने पूछो भी प्रबंधकी बोर्ड नो तुसी तो वित्त कमेटी के मालक हो, फिर तुसी भाई तीन कमर तो सत्त कमरे बना लो, तुहानू किसी ने रोकया तुसी क्यों नहीं हुण तक बनाए, सत्त साल तो तुसी अठ साल तो मैंबर हो, तुसी बनाउण च तुहानू की ने रोकया, सी बना लैणे सी, एक तो यह कही जाण क्योंकि पेपर तो लीक आप ही करवाउणा सी, दूजे भी इत्थे तो पैसा कोई सरकार नहीं दे रही। मैं तां कहना छिट दो गल्लां च ही गल कहांगा, जान सार पेपर लीक भी बंद करता, जिहड़ा वेस्ट हो रहा सी पैसा वो बंद करिया, कोई फीस नहीं बधाई, रिकॉर्ड कटा लो, जिदे गया सी उहदे 25 करोड़ रुपया सी सरकार कोल यूनिवर्सिटी कोल, जिदे छड के आया 65 करोड़ छड के आया, बिल्डिंग तीन कमरियां दे टूरिस्ट कंपलैक्स यूनिवर्सिटी चलदी सी, मैडिकल कॉलेज फरीदकोट का शैड दे विच चल रहा सी, तीन शैड जिहड़े हुंदे ने SCIR दे जिहड़े गोदाम दे उत्ते पाए हुंदे जिद्दां दे, ते जाके यूनिवर्सिटी की बिल्डिंग देख लो, मेडिकल कॉलेज की देख लो। तीजी गल सी 200 मरीज आता सी हस्पताल, 1100 मरीज आता था 2007 हस्पताल मिले, 1100 मरीज आता सी, जे अज 1100 चो 1300 हो गया हो, मैं 12 साल हो गए छड़े नू, तां मैं समझांगा भी कुछ ना कुछ हो गया, क्योंकि मैं ए नहीं कहना जिथे गए असं करके दिखाया बया लो, इतने कैंसर का सर्वे करना सी, तो जी 200 करोड़ चाहिए 555 पैसे पर सर्वे करके दिखाया, 55 पैसे पर हड, ए नहीं हुंदा, उही मैन पावर है, कोई मैन पावर नवी नहीं लैंदी। सवाल है तुसी जे वो बाल्टी जिहड़ी लीक थले ही तुसी डाता, बल्कि जिहड़ा माड़ा मोटा हैगा सी वह भी डाता, तो उत्तों तुसी टूटी जमा ही बंद करती, फिर तो बाल्टी खाली भी रहूगी, जे तुसी चौधरी इस गल की करी जाने मैं की कह खाली है, मैं फिर तू बैठा क्यों भाई, तुसी मैनू दसो, मैनू आके मरीज कहना कि जी मेरे पट्टी नहीं हुई, जां मेरे टीका नहीं लग्या, मैं कहा यार मैं की करा हुण, मैं इन्हां नू खाए जांगा, फिर मैं उत्ते SMO कहदा बैठा, मैं प्रोफेसर कहदा बनया, फिर मैं छड़ना उसनू नौकरी नू, मैनू बच्चा आके कहना जी मैनू रोल नंबर नहीं मिलिया, मैं की करा जी, ये तो डाक च देख लेना सी, तू तो काला पै गया, उन्हें रोल नंबर ही मिलया, दूजे दिन वह इम्तिहान है, जे नहीं मिला, जे रजिस्टर भी वह हल नहीं कर सकता, फिर होर कौन करूगा, फिर रजिस्टर ही छड़ दो, फिर जरूर जफा मार के बैठना कुर्सी से। तो जिहड़े बंदे चाहे वह सियासतदान ने, चाहे वह अफसर ने, चाहे वह किता माहर ने, जिहड़े बंदे कुर्सियां ते ऐ बहिंदे ने भी कुर्सी नूं जफा मार के रखना, करना कुछ नहीं, 100 कहानियां पढ़ देनियां ने, ये इच्छणा पढ़ना कहने असीं मालवे च, इहोजियां इच्छणा हरेक ही पढ़न जाणदा है। ओ नहीं जी तुहानू पता नहीं जी, कानून ऐ कहिंदा है जी, तुहानू कानून दा पता नहीं जी, क्यों नहीं पता, किहड़ा बंदा जिहनूं इह नहीं समझ आउंदी वी मेरा रोल नंबर नहीं मिलिया जी, किहड़ा बंदा जिहनूं इह नहीं समझ आउंदा जी मेरे आह सर्टिफिकेट दे नाम गलत हो गया, इहनूं जरा ठीक कर दो। जिस सधारण गल आपां देखिए भी इक सर्टिफिकेट दे नाम गलत है, वह कहिंदा जी आह सबूत है, तुसीं मेरा नाम ठीक करो, तुसीं गलत भरिया, उहदी गलती होवे, यूनिवर्सिटी की गलती हो, नाम ठीक करके उन्होंने उस वक्त सर्टिफिकेट जारी करने तो कि सरकार रोकती है, पर जे नहीं जारी करना, और चिट्ठी दिखाओ फलाना दिखाओ, फिर परसों आयो, फिर चौथे आयो, फिर घुमाई जाओ लोगों, ये मैं कहना भी ये खजाने का भी यही हाल है, खजाने च एक पासे पैसा वेस्ट हो रहा भी काम करना ही नहीं, भ्रिष्टाचार करी जाओ, काम करो ना, वो अद्धा चढ़म कर दो, फिर उत्थे ज़्यादा वकील रखने पैणगे, फिर कोर्टां च केस आरोगे, फिर उहदे जुर्माने पैणगे, पहलां उहदा जवाब नहीं फाइल करोगे फिर कोर्ट जुर्माना कर दिंदी है, फिर तुहाडे उल्ट फैसला इस करके हो जाता है कि तुसीं दूजी पार्टी नाल रल के भी चल सरकारी खजाना है इहनूं मिल जाण दो, इन्ने तुसीं खजाने नूं लटा रहे हो कोर्टां दे राहीं भी, क्योंकि केस जाण के हारदे हो तुसीं सिर्फ उस केस नूं फाइट आउट करदे हो जिहने तुहानूं रिश्वत ना दित्ती होवे, जिन्हें तुम्हें अख च अख पा के गल करी होने चंगा बच्चू तेन दसदा कि भाव विकली है, जिहड़ा बंदा तुहाडे नाल मिल मड़ा गया उसनूं तां कहने यार मेरी तां शायद ना भी चल, तू ऐ कर कोर्ट च पा दे उत्ते असीं बयान दे दांगे, मैं तुहानूं सैकड़े कर दिंदा केस, अफसर नूं बड़ा के पुछया जाए ना भी तू ये की करे खजाने नूं इन्ना घाटा पाता,
ਸੋ ਖਜ਼ਾਨਾ ਜਿਹੜਾ ਵੇਸਟ ਹੋ ਰਿਹਾ, ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ, ਉਹ ਵੀ ਨਹੀਂ ਰੁਕਿਆ ਜਾ ਰਿਹਾ। ਪ੍ਰਤੀ ਬੰਦਾ 28 ਰੁਪਏ ਦੀ ਦਵਾਈ ਦਿੱਤੀ ਜਾਂਦੀ ਹੈ ਸਾਲ 'ਚ। ਪੰਜਾਬ ਦੇ ਵਿੱਚ ਸਿਰਫ ਸਰਕਾਰੀ ਹਸਪਤਾਲਾਂ 'ਚ 28 ਰੁਪਏ ਪ੍ਰਤੀ ਬੰਦੇ ਦੀ ਦਵਾਈ ਦਿੱਤੀ ਜਾਂਦੀ ਹੈ, ਸਰਕਾਰ ਦੇ ਆਪਦੇ ਅੰਕੜੇ ਕਹਿੰਦੇ ਨੇ। ਉਹ 28 ਰੁਪਏ 'ਚ ਤੁਸੀਂ ਮੰਨੋਗੇ ਸੰਤ ਸਾਹਿਬ ਵੀ ਜੇ ਜ਼ਿਆਦਾ ਨਹੀਂ ਤਾਂ 12 ਜਾਂ 14 ਰੁਪਏ ਰਿਸ਼ਵਤ ਹੈ। ਔਰ ਅਸੀਂ ਇਹ ਸਰਬੇਨ ਸਿੰਘ ਦੀ ਸਰਕਾਰ ਸੀ ਉਦੋਂ ਸਾਬਤ ਕਰਿਆ। ਐਂ ਨਹੀਂ ਵੀ ਮੈਂ ਐਵੇਂ ਹਵਾ 'ਚ ਗੱਲ ਕਰਨਾ, ਰਾਜ ਸਿੰਘ ਸਾਡੇ ਵਜ਼ੀਰ ਹੁੰਦੇ ਹੈਲਥ ਦੇ, ਬਰਨਾਲਾ ਸਾਹਿਬ ਦੀ ਸਰਕਾਰ ਸੀ ਉਹਦੇ 'ਚ ਸਾਬਤ ਕਰਿਆ। ਉਦੋਂ ਸੁਖਦੇਵ ਸਿੰਘ ਢਿੰਡੋਂ ਜੀ ਹੈਲਥ ਦੇ ਵਜ਼ੀਰ ਸੀ, ਖਾਲਸਾ ਜੀ ਸੀਗੇ ਮੈਡੀਕਲ ਐਜੂਕੇਸ਼ਨ ਦੇ। ਹਰ ਪਲੈਟਫਾਰਮ 'ਤੇ ਸਾਬਤ ਕਰਕੇ ਦਿਖਾਇਆ ਵੀ ਆਹ ਦੇਖੋ ਡੁੱਟ ਹੋ ਰਹੀ ਹੈ, ਬਚਾ ਲਓ ਇਹਨੂੰ, ਕਿਉਂ ਨਹੀਂ ਠੀਕ ਕਰਦੇ। ਸੋ ਮੇਰਾ ਕਹਿਣ ਦਾ ਸਿਰਫ ਇੰਨਾ ਕੀ ਮਤਲਬ ਹੈ ਵੀ ਜਦ ਤੁਸੀਂ ਜੇ ਚੋਰ ਅਤੇ ਚੌਕੀਦਾਰ ਰਲ ਜਾਣਗੇ ਫਿਰ ਖਜ਼ਾਨਾ ਕਿੱਥੋਂ ਭਰਨਾ, ਜ਼ਿੰਮੇਵਾਰੀ ਕੁਛ ਹੈ ਨਹੀਂ। ਸੋ ਸਾਡਾ ਖਜ਼ਾਨਾ ਜਿਹੜੇ ਪੈਸੇ ਇਕੱਠੇ ਕਰੇ ਜਾ ਰਹੇ ਨੇ ਉਹ ਪੂਰੇ ਨਹੀਂ ਆ ਰਹੇ, ਜਿਹੜੇ ਆ ਰਹੇ ਨੇ ਉਹਦੀ ਨਿਆਇਕ ਵੰਡ ਨਹੀਂ ਹੋ ਰਹੀ, ਜੀ ਤੋਂ ਆ ਰਹੇ ਨੇ ਉਹਨੂੰ ਧੇਲਾ ਨਹੀਂ ਮਿਲਦਾ, ਜਿਹੜਾ ਵਿਹਲੜ ਆ ਉਹਨੂੰ ਦਿੱਤੇ ਜਾ ਰਹੇ ਨੇ, ਅਤੇ ਉਹਦੀ ਜ਼ਿੰਮੇਵਾਰੀ ਕੋਈ ਨਹੀਂ, ਨਾ ਪਾਰਦਰਸ਼ਤਾ ਹੈ, ਨਾ ਜਵਾਬਦੇਹੀ ਹੈ, ਨਾ ਜ਼ਿੰਮੇਵਾਰੀ ਹੈ। ਕਿਸੇ ਨੂੰ ਪੁੱਛ ਕੇ ਦੇਖ ਲਓ, ਨਹੀਂ ਨਹੀਂ ਇਹ ਤਾਂ ਕਾਗਜ਼ ਗੁਪਤ ਹੈ ਜੀ, ਕਾਹਦਾ ਗੁਪਤ ਹੈ ਬਈ, ਤੁਸੀਂ ਸਾਹਮਣੇ ਰੱਖ ਲਓ ਵੀ ਆਹ ਪਿਆ ਭਾਈ, ਜੇ ਕੋਈ ਗਲਤੀ ਸਾਨੂੰ ਦੱਸ ਦਿਓ। ਮੈਨੂੰ ਇਹ ਦੱਸੋ, ਇੱਕ ਬੰਦਾ ਆ ਕੇ ਉਹ ਕਹਿੰਦਾ ਜਾਂ ਰਜਿਸਟਰੀ ਤੁਸੀਂ ਗਲਤ ਲਿਖਤਾ, ਤਹਿਸੀਲਦਾਰ ਕਹਿੰਦਾ ਭਾਈ ਸਬੂਤ ਦੇ ਦਿਓ ਭਾਈ ਨੂੰ, ਹੁਣ ਦੁਬਾਰਾ ਉਹੀ ਬੰਦੇ ਬੁਲਾ ਲਿਆ ਸਾਰੇ ਆਪਾਂ, ਜਿਨ੍ਹਾਂ ਨੇ ਰਜਿਸਟਰੀ ਕਰਾਈ ਆਫਟਰ 5, 7, 10 ਬੰਦੇ ਨੰਬਰਦਾਰ ਹੋਰ ਉਹੀ ਹੋਣਗੇ ਨਾ, ਉਹ ਦੁਬਾਰਾ ਦੇਣ ਕੇ ਜਾਂ ਗਲਤੀ ਹੋ ਗਈ ਕਿਤੇ, ਜਦ ਤਾਂ ਲਿਖਣ ਤੋਂ ਗਲਤੀ ਹੋ ਗਈ, ਇਹ ਨਹੀਂ ਪਤਾ ਕਿਵੇਂ ਹੋ ਗਈ, ਜਾਂ ਸਾਤੋਂ ਗਲਤ ਕਿਹਾ ਗਿਆ ਪਰ ਸੱਚ ਆ ਹੈ, ਇਹ 'ਚ ਕੀ ਔਖਾ। ਉਹ ਕਹਿੰਦਾ ਨਾ ਜੀ ਇਹ ਤਾਂ ਹੁਣ ਹੋ ਗਈ, ਹੁਣ ਉਹਦੇ 'ਚ ਕੀ ਹੈ, ਜਦ ਤੁਸੀਂ ਜ਼ਮੀਨ ਦਾ ਮੁੱਲ ਪਾਉਣਾ ਹੈ, ਸਰਕਾਰ ਨੇ ਐਕੁਆਇਰ ਕਰਨੀ ਹੈ, ਜਿਹਨੇ ਤਾਂ ਪੈਸੇ ਦਿੱਤੇ ਉਹਦਾ ਮੁੱਲ ਵੱਧ ਪਾ ਦੋਗੇ, ਜਿਹਨੇ ਨਹੀਂ ਦਿੱਤੇ ਉਹਦੀ ਚੰਗੀ ਦਾ ਵੀ ਘੱਟ ਪਾ ਦੋਗੇ, ਫਿਰ ਉਹਨੇ ਚੱਕਰ ਵੀ ਲਵਾਓਗੇ ਪੈਸੇ ਦੇਣ ਵਾਸਤੇ, ਆਹ ਤਾਂ ਝਗੜਾ ਸਾਰਾ। ਜਦ ਤੁਸੀਂ ਇਸ ਝਗੜੇ ਨੂੰ ਦੇਖਦੇ ਹੋ, ਜਦ ਤੁਸੀਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੂੰ ਸ਼ਰਿਆਂ ਵੀ ਰੋਜ਼ ਹੀ ਕਾਨੂੰਨ ਦੇ ਵਿੱਚ ਵੀ ਚੰਗਾ, ਹੁਣ ਇਹਨੂੰ ਕਾਨੂੰਨੀ ਕਰ ਦਿਓ, ਹੈ ਕਿ ਜੇ ਤੁਸੀਂ ਲੈਂਡ ਯੂਜ ਵਿੱਚ CRU ਤਾਂ ਲੋੜ ਹੀ ਨਹੀਂ ਹੁਣ ਲੈਂਡ ਯੂਜ ਚੇਂਜ ਕਰਨ ਦੀ, ਕਿਉਂ ਨਹੀਂ ਲੋੜ ਬਈ, ਖੇਤੀ ਵਾਲੀ ਜਿਵੇਂ ਤੁਸੀਂ ਖੇਤੀ ਦੇ ਭਾਰ ਲੈ ਕੇ ਤੁਸੀਂ ਉਹਨੂੰ ਕਮਰਸ਼ੀਅਲ ਵੇਚੋਗੇ, ਤਾਂ ਕਿਸਾਨ ਦੀ ਤਾਂ ਤੁਸੀਂ ਰੋਜ਼ੀ ਰੋਟੀ ਖੋਰੀ ਕਹਿ ਕੇ, ਹੈਂ ਉਹ ਤਾਂ ਖੇਤੀ ਵਾਲੀ ਕਹਿ ਲੈਣੀ, ਮੁੜ ਕੇ ਉਹਦੀ ਕਮਰਸ਼ੀਅਲ ਬਣਾ ਲਓ। ਫਿਰ ਤਾਂ ਇਹੀ ਆ ਨਾ ਵੀ ਮਿੱਟੀ ਦਾ ਸੋਨਾ ਬਣਾਈ ਜਾਓ, ਪਰ ਜਿਹਦੀ ਮਿੱਟੀ ਆ ਉਹਨੂੰ ਨਹੀਂ ਮਿਲਣਾ ਕੁਛ, ਜਿਹਨੇ ਉਹ ਮਿੱਟੀ ਖਰੀਦ ਲਈ ਉਹਦਾ ਸੋਨਾ ਬਣੇ। ਸੋ ਸਾਨੂੰ ਨਿਆਂ ਸੰਗਤ ਵੰਡ, ਪਹਿਲੀ ਗੱਲ ਪੈਸਾ ਇਕੱਠਾ ਕਰਨਾ ਪਏਗਾ, ਖਜ਼ਾਨਾ ਭਰਨਾ ਪਏਗਾ, ਖਜ਼ਾਨਾ ਭਰਿਆ ਜਾ ਸਕਦਾ ਹੈ ਜੇ ਅਸੀਂ ਉਹਦੀ ਬਾਲਟੀ ਦਾ ਥੱਲਾ ਲਾਤਾ, ਪਹਿਲਾਂ ਮੋਰੀਆਂ ਹੀ ਸੀਗੀਆਂ, ਹੁਣ ਉਹ ਥੱਲੇ ਹੀ ਲਾਤਾ, 80 ਤੱਕ ਵੀ ਮੋਰੀਆਂ ਹੈਗੀਆਂ ਸੀ, ਮੋਰੀਆਂ ਦੇ ਬਾਵਜੂਦ ਅਸੀਂ 1 ਨੰਬਰ 'ਤੇ ਰਹਿੰਦੇ ਸੀ, ਕੋਈ ਕਰਜ਼ਾ ਨਹੀਂ ਲੈਣਾ ਪੈਂਦਾ ਸੀ ਕਿਉਂਕਿ ਡੀਕ ਨੂੰ ਮਾੜੀ ਮੋਟੀ ਤਾਂ ਘਰਾਂ ਦੀਆਂ ਟੂਟੀਆਂ ਵੀ ਕਰਦੀਆਂ ਰਹਿੰਦੀਆਂ ਨੇ, ਹੁਣ ਅਸੀਂ ਉਹਦਾ ਥੱਲੇ ਹੀ ਲਾਤਾ, ਥੱਲਾ ਲਾਤਾ ਫਿਰ ਉੱਥੇ ਪਾਣੀ ਉਹਦੇ 'ਚ ਤਾਂ ਰਹਿਣਾ ਨਹੀਂ ਖਜ਼ਾਨਾ, ਤਾਂ ਇੱਕ ਤਾਂ ਉਹ ਬੰਦ ਕਰਨਾ ਪਊਗਾ ਜਿਹੜੇ ਇਹ ਇੱਦਾਂ ਦਾ, ਦੂਜਾ ਕੀ ਕਰਨਾ ਪਊ, ਜਿਹੜਾ ਮਾੜਾ ਮੋਟਾ ਸਾਡੇ ਕੋਲ ਅਧਿਕਾਰ ਸੀਗੇ ਵੀ ਅਸੀਂ ਪੈਸੇ ਇਕੱਠੇ ਕਰ ਲਈਏ, ਉਹ ਕੇਂਦਰ ਨੇ ਖੋੜੇ, ਉਹਦੇ ਨਾਲ ਅੱਖ ਚੱਕ ਪਾ ਕੇ ਗੱਲ ਕਰਨੀ ਪਊਗੀ, ਸਾਡੇ ਰਾਈਟ ਨੇ, ਅਸੀਂ ਦੇਖਾਂਗੇ ਵੀ ਇੱਥੇ RC ਕਿੰਨੇ ਪੈਸੇ 'ਚ ਬਣਾਉਣੀ ਹੈ ਜਾਂ ਰੋਡ ਟੈਕਸ ਕਿੰਨਾ ਲਾਉਣਾ, ਇਹ ਤੁਸੀਂ ਨਹੀਂ ਕਰਨਾ, ਹੁਣ ਤਾਂ ਸਰਫੇਸ ਟਰਾਂਸਪੋਰਟ ਐਕਟ ਬਣਾਤਾ, ਫਿਰ ਹੁਣ ਤਾਂ ਉਹ ਫੈਸਲਾ ਕਰਨਗੇ, ਮੈਡੀਕਲ ਐਜੂਕੇਸ਼ਨ ਦਾ ਦਾਖਲਾ ਉਹ ਕਰਨਗੇ ਅਤੇ ਮਤਲਬ ਖਰਚਾ ਅਸੀਂ ਕਰਾਂਗੇ, ਉਹ ਤਾਮਿਲਨਾਡੂ ਦਾ ਬੱਚਾ ਆਊਗਾ, ਆਸਾਮ ਦਾ ਬੱਚਾ ਆਊਗਾ, ਪੜ੍ਹ ਕੇ ਬਾਹਰ ਚਲਿਆ ਜਾਊਗਾ, ਸਾਨੂੰ ਸਪੈਸੇ 'ਚ ਵੱਡੇ ਨਹੀਂ ਮਿਲਦੇ, IMD 'ਚ ਕੇਂਦਰ ਨੇ ਕਰ ਹੀ ਦਿੱਤਾ। ਸੋ ਜੇ ਅਸੀਂ ਕੇਂਦਰ ਨੂੰ ਇਹ ਨਹੀਂ ਕਹਾਂਗੇ ਵੀ ਨਾ ਇਹ ਨਹੀਂ ਪੁੱਗਣਾ, ਕੱਲ੍ਹ ਨੂੰ ਤੁਸੀਂ BSF 50 ਕਿਲੋਮੀਟਰ ਤੱਕ, ਕੱਲ੍ਹ ਨੂੰ ਕਹੋਗੇ ਤੁਸੀਂ ਇਹਦਾ ਖਰਚਾ ਦਿਓ, ਪਹਿਲਾਂ ਬਿਜਲੀ ਵਿਸਤਾਰ ਵੇਲੇ ਕੀ ਮੰਗਿਆ ਨਹੀਂ। ਜੇ ਦੇਖਿਆ ਜਾਵੇ ਉਹ ਮੂਵਮੈਂਟ ਅਸੀਂ ਸ਼ੁਰੂ ਕਰੀ ਸੀ, ਉਹ ਸਰਕਾਰ ਦਾ ਆਪਦੀ ਨਾਕਾਮਯਾਬੀ ਸੀ, ਰੋਕ ਲੈਂਦੇ ਪਹਿਲਾਂ। ਸੋ ਇਸ ਕਰਕੇ ਮੈਂ ਸਿਰਫ ਬੇਨਤੀ ਇਹ ਕਰਦਾ ਵੀ ਜਿਹੜਾ ਪੈਸਾ ਲੀਕ ਹੋ ਰਿਹਾ ਹੈ ਉਹਨੂੰ ਬੰਦ ਕਰੋ, ਤਾਂ ਖਜ਼ਾਨਾ ਭਰੂਗਾ। ਦੂਜਾ ਜਿਹੜਾ ਵੇਸਟ ਹੋ ਰਿਹਾ ਉਹਨੂੰ ਬੰਦ ਕਰੋ। ਤੁਹਾਨੂੰ ਮੈਂ ਉਦਾਹਰਨਾਂ ਦਿੱਤੀਆਂ ਨੇ, ਕੋਈ ਮੈਂ ਨਾ ਮੈਂ ਫਾਇਨੈਂਸ ਕਮੇਟੀ ਦਾ ਉਹ ਹਾਂ, ਮੈਂ ਤਾਂ ਇੱਕ ਵਾਰੀ ਛੋਟੀ ਜਿਹੀ ਲਾਸਟ ਗੱਲ ਕਹਿ ਕੇ ਸੁਣਾ ਦਿੰਦਾ। ਬਿਊਰੋਕਰੇਟਾਂ ਨੂੰ ਬੜਾ ਹੰਕਾਰ ਹੁੰਦਾ ਹੈ, ਕੈਪਟਨ ਸਾਹਿਬ ਦੀ ਸਰਕਾਰ ਸੀ ਅਤੇ ਇੱਕ ਬਾਅਦ 'ਚ ਵਿੱਤ ਮੰਤਰੀ ਬਣੇ, ਉਹ ਪਹਿਲਾਂ ਸਰਕਾਰ ਦੇ ਬੜੇ ਵੱਡੇ ਸਲਾਹਕਾਰ ਸੀਗੇ, ਅਤੇ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਵੀ ਪੈਸੇ ਕਿਵੇਂ ਇਕੱਠੇ ਹੁੰਦੇ ਨੇ ਮਹਿਕਮਿਆਂ 'ਚ। ਇੱਕ ਬਿਊਰੋਕਰੇਟ ਸੀ ਬੜੇ ਇਮਾਨਦਾਰ,
वो कहने ले रही भी देखो जी डाक्टर नू ता प्रशासन नहीं आता, इन्हों नू काम नहीं करना आता, मैं आई हाँ असी ब्यूरोक्रेटा ने आ हेल्थ सिस्टम कारपोरेशन बना के असी 3 करोड़ रुपया इकट्ठा करता साल च हेल्थ चो, दुगने पैसे बनाते जब कहते घ्यो बनावे तोरियां बड़ी बहू का ना हो। तो मैं आख्या चल कोई नहीं, फिर मेरी बारी है कि मैं मेडिकल एजुकेशन वालों गया से, वो हेल्थ वालों साढ़े वो सैकटरी मैनू ही भेज देंगे जी। मैंने कहा मैं क्या देखो जी ना तो असं एडे वे प्रबंधक हाँ, ना असी कोई आई एस अफसर हाँ, ना सानू बहुता प्रबंध आता है। तो मैं क्या इन्होंने 2000 करोड़ के 3 करोड़ बधाया है बजट च, साढ़ा 150 करोड़ रुपए का बजट, असी 13 करोड़ कमा के दिता। वह कह लग्या नाल दे जिहड़ा आई एस अफसर उहदे नाल मीटिंग करा रहा सी, ये कौन है? उन्होंने बड़ा दुख लग्या, बिन तां सब नहीं लाता। कहिंदा वह ब्यूरोक्रेट जानदा सी मैनूं, ये बंदे नूं तो बहुत पता नहीं सी, ऐवें वह बन गया सी। कहिंदा इहदे नाल पंगा ना ले लिओ वह चुप करके। तां मैं कहना भी जब तुसी इमानदारी नाल काम नहीं करना, तुसी जवाबदेही नहीं, तुहाडी जिम्मेवारी तुहाडे नहीं, पैसे आउणे कित्थों ने? मनप्रीत बादल नूं पुछो भी जिहड़ा तुसी आ बजट छापिया पंजाबी च वो सारा गलत है, 100 पेज तुसीं पंजाबी च ठीक नहीं छाप सकते, तो फिर तुसीं बजट कितों ठीक कर लोगे? जिहड़ा हिसाब किताब ही माफ करना, हिसाब किताब तो पता नहीं, पंजाबी तो तुहानूं आई जानी चाहीदी है, एडे एडे कपलट सुनाने हो है। सो मेरा कहिंदा सिर्फ इन्ना ही मतलब है भी साढ़े पंजाब के खजाने च खजाना भरना पएगा, खजाना भरन के स्रोत ने कि असी उहदे विच जिहड़ा पैसा आना सी वह आना, जिहड़ा कान चो जिथों आना सी पैसा, जिहड़े जिहड़े थल्लों पानी जिवें खूह च जे पानी आना बंद कर दिए पक्का करके फिर तो खूह खाली होगा। सो एक तो वह पानी के जिहड़े स्रोत ने जाने के जिहड़े लुट कर रहे हैं उन्होंने उत्थे लुट होने की बजाय इत्थे लैइए खजाने च, उन्हां नौकरियां भी लोगों को चंगियां देंगे, माल भी लोगों को सस्ता मिलेगा, क्वालिटी का भी मिलेगा, तो पैसा भी खजाने च आएगा। दूजा असी की करिए जिहड़ा पैसा आ गया उहदी न्याय संगत वंडत करिए, ये दूजा सवाल है। तीजा सवाल साढ़े कोल इह है भी जिहड़ा पैसा आ गया न्याय संगत वंड करके भी जिहड़ा लीक हो रहा खराब, फिर चोरी हो रही है, ठगी हो रही है, उस पैसे च भी वह बंद करिए। टोटल बंद नहीं कर सकते आपां, 100% नहीं कर सकते कभी भी, पर यह गल पक्की है भी 80% लास्ट गल कह के अपनी गल खत्म करांगा। मैं एक हस्पताल च SMO दा चार्ज सी मेरे कोल, मैं डॉक्टर इकट्ठे कर ले, मैं देखो गल सुनो मैं तुहाडे ना चोरी तो बंद नहीं कर सकता, ये तो मैनू पता है, ऐवें मैं टटीरी मंगू लत्त उच्चे करना भी मैं चोरी बंद कर दाँगा, बिल्कुल नहीं कर सकता, पर डाके बंद कर देने ने, मैं जेब कतरी नहीं होने देनी, और तुसीं जोर ला रहे हो जां तुसीं रहोगे जां मैं रहांगा, मैं जेब कतरी नहीं होने देनी, नहीं होने दित्ती, कुछ नहीं करया, किसी नूं कोई सजा नहीं देनी, कोई सब नूं पता लगा भी इन्हें छड्डना नहीं है। मेरा की है, मैं तो साइकिल ते सब्जी दा झोला टंगिया होया है, मैं कहड़ा क्लास 4 नूं भेज के सब्जी मंगाउणी है घरे, मैं कहना दुकानदार कह तेरा सैंपल नहीं भरांगे है, तो टंगे झोले नहीं हस्ता जा बढ़ने, मैनू तो इस गल कोई शर्म ही नहीं है, मैनू तो शर्म इस गल भोरा नहीं है कि मेरे कपड़े किहो जिहे ने, मैं साइकिल ते क्यों जा रहा, मैं सब्जी टंगी हुई है वह हस्पताल च गेड़ा ला रहा, यदि मैनू कोई शर्म नहीं, मैनू शर्म इस गल की है जे उत्थे मरीज का इलाज नहीं हुंदा, जे उत्थे 25 दी 26 बनी जाती है, जे लोगों की उत्थे जेब कतली हुंदी है, जे उत्थे साइकिल खड़ाउण नूं जगह नहीं है, फिर मैनू शर्म आनी चाहिए। मेरी बस आखिरी बेनती नहीं हुई है भी सार खजाना भर सकती है भरना चाहिए। सर जो सिकंदर ते पोरस की लड़ाई हो रही थी ना जी, सिकंदर नूं बड़ा समा लग गया पोरस जितया ना जावे, ओदी मां दा सुनेहा आउंदा कि बेटा तेनू इन्ना समा लग रहा, तू जेडे देश दे विच लड़ाई लड़ रहे मैनू उत्थों ना 2 बुक्कां मिट्टी दीआं भेज, ते सिकंदर ने अपने अहलकार नूं फौजी नूं कहा भी 2 बुक्कां मिट्टी दीआं भरो ते मां नूं भेज दो पिछे, उहने भेजी ते उह कहिंदी मां ने हुक्म दित्ता भी अपने किले दे आले दुआले बखेर दो उहनूं, उह कहिंदी जी रात लंघी ते लोकां ने बगावत करती, उह कहिंदी भी बुलाओ उह तां मिट्टी ओही मतलब इही जी हैगी आ भी उत्थे तां जिहड़ा भी पैदा होऊगा उह ਭ੍ਰਿਸ਼ਟਾਚਾਰੀ ਹੋਊਗਾ ਵੀ ਸਿਕੰਦਰ ਨੂੰ ਕਹਿੰਦਾ ਨਿਕਲੇ ਆਵੇ ਜਿਹੜਾ ਰਾਹ ਮਿਲਦਾ, ਫਿਰ ਉਹ ਜਿਹੜਾ ਰਾਹ ਮਿਲਿਆ ਜੀ ਔਰ ਅਰੇਬੀਅਨ ਸੀ ਵਿੱਚ ਦੀ ਉਹ ਦਰਿਆ ਵਿੱਚ ਦੀ ਉਹ ਲੈ ਕੇ ਗਿਆ, ਔਰ ਉੱਥੋਂ ਵੀ ਜਾਂਦਾ ਜਾਂਦਾ ਉਹ ਪਾਕਿਸਤਾਨ ਦੇ ਕਬਾਇਲੀਆਂ ਨੇ ਲੁੱਟਿਆ ਸੀ, ਬਹੁਤ ਮਤਲਬ ਅਕਲੀਅਤ ਗਿਆ ਸੀ। ਸੋ ਇਹਨਾਂ ਹਾਲਾਤਾਂ ਵਿੱਚ ਔਰ ਤੁਹਾਡੀਆਂ ਗੱਲਾਂ ਦੇ ਮਤਲਬ ਉਹਨੂੰ ਨਜ਼ਰ ਵਿੱਚ ਰੱਖ ਕੇ
ਤੁਹਾਨੂੰ ਮਤਲਬ ਲੱਗਦਾ ਕਿ ਜੋ ਨਵਜੋਤ ਸਿੰਘ ਸਿੱਧੂ ਨਾਅਰੇ ਮਾਰ ਰਿਹਾ ਇਹ ਗੱਲਾਂ ਉਦੋਂ ਹੀ ਸੰਭਵ ਹੋਣਗੀਆਂ ਜਦੋਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣੂਗਾ, ਜਾਂ ਲੋਕਾਂ ਦਾ ਇਖਲਾਕ ਜਾਗਣ ਦੀ ਲੋੜ ਹੈਗੀ ਆ ਤਾਂ ਇਹ ਚੀਜ਼ਾਂ ਹੋਣਗੀਆਂ? ਕਿਉਂਕਿ ਕਿਤੇ ਨਾ ਕਿਤੇ ਰਾਜਨੀਤਿਕ ਇੱਛਾ ਤਾਂ ਪੈਦਾ ਹੁੰਦੀ ਨਜ਼ਰ ਨਹੀਂ ਆ ਰਹੀ। ਡਾਕਟਰ ਸਾਹਿਬ ਆਖਰੀ ਸਵਾਲ ਮੈਨੂੰ ਦੇਖੋ ਜੀ, ਮੈਂ ਇਹਦੇ ਚ ਦੋਨੇ ਗੱਲਾਂ ਦਾ ਇੰਪੋਰਟੈਂਸ ਹੈ। ਕੈਪਟਨ ਤੋਂ ਬਿਨਾਂ ਵੀ ਟੀਮ ਨਹੀਂ ਜਿੱਤ ਸਕਦੀ ਤੇ ਟੀਮ ਤੋਂ ਬਿਨਾਂ ਵੀ ਕੈਪਟਨ ਨਹੀਂ ਜਿੱਤ ਸਕਦਾ। ਸੋ ਇੱਕ ਤਾਂ ਇੱਛਾ ਹੋਣੀ ਚਾਹੀਦੀ ਹੈ, ਜਿਹੜੀ ਮੈਂ ਯੂਨੀਵਰਸਿਟੀ ਦੀਆਂ ਜਾਂ ਹਸਪਤਾਲਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਉਹਦੇ 'ਚ ਕਿਸੇ ਨੂੰ ਨਹੀਂ ਬਦਲਣਾ ਪਿਆ। ਜੇ ਮੈਂ ਉੱਥੇ ਸੀਗਾ ਮੈਨੂੰ ਆਪਦੇ ਆਪ ਨੂੰ ਕਹਿਣਾ ਨਹੀਂ ਚਾਹੀਦਾ, ਤਾਂ ਉਹੀ ਸਭ ਕੁਛ ਬਦਲਤਾ। ਕੋਈ ਰੂਲ ਨਹੀਂ ਬਦਲਿਆ, ਕਦੇ ਕੋਈ ਕਦੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਕੋਰਟ 'ਚ ਕੇਸ ਨਹੀਂ ਹਾਰੇ। ਇਹ ਨਹੀਂ ਵੀ ਸਾਡੀਆਂ ਸ਼ਿਕਾਇਤਾਂ ਨਹੀਂ ਕਰਦੇ ਸੀ ਲੋਕ, ਝੂਠੀਆਂ ਸ਼ਿਕਾਇਤਾਂ ਜ਼ਿਆਦਾ ਹੁੰਦੀਆਂ ਨੇ। ਪਰ ਅੱਖਾਂ ਖੋਲ੍ਹ ਕੇ ਚੱਲਣਾ, ਜਿਹੜਾ ਇੱਕ ਨੇਤਾ ਵੀ ਉਹਨੂੰ ਚੇਂਜ ਕਰ ਜਾਂਦਾ ਜਦ ਇਹ ਕਹਾਣੀ ਖਰਾਬ ਹੋਈ ਹੋਈ ਹੈ। ਪਰ ਉਹ ਤਾਂ ਹੋ ਗਿਆ ਸਰਕਾਰ ਦੇ ਤੌਰ 'ਤੇ, ਉਂਝ ਲੋਕਾਂ ਦੀ ਇੱਕ ਜਨਤਾ ਦੀ ਪਿੱਛੇ ਪਿੱਠ ਤਾਂ ਚਾਹੀਦੀ ਹੈ। ਲੋਕ ਪਿੱਛੇ ਖੜ੍ਹੇ ਹੋ ਜਾਣ ਵੀ ਕੋਈ ਗੱਲ ਨਹੀਂ, ਅਸੀਂ ਡੰਡਾ ਲੈ ਕੇ ਖੜ੍ਹੇ ਹਾਂ, ਜਿੱਦੇ ਤੁਸੀਂ ਗੜਬੜ ਕਰੋਗੇ ਉਹਦੇ ਅਸੀਂ ਦੇਖਾਂਗੇ। ਪੈਰਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਆਖਰੀ ਗੱਲ ਦੱਸ ਦਿੰਦਾ ਮੈਂ, ਅਸੀਂ ਪੈਰਾ ਕਿਉਂ ਜ਼ਰੂਰੀ ਹੈ। ਸਾਨੂੰ ਇੱਕ ਮੰਤਰੀ ਕਹਿਣ ਲੱਗਿਆ ਵੀ ਡਾਕਟਰ ਗੈਰ, ਮੈਂ ਜਨਰਲ ਸੈਕਟਰੀ ਸੀ ਆਪਦੀ ਐਸੋਸੀਏਸ਼ਨ ਦਾ, ਡਾਕਟਰ ਗੈਰ ਹਾਜ਼ਰ ਰਹਿੰਦੇ ਨੇ, ਇਹਨਾਂ ਨੂੰ ਵੀ ਕੁਛ ਕਹੋ। ਮੈਂ ਜੀ ਅਸੀਂ ਕੀ ਕਹਿੰਦੇ ਹਾਂ, ਅਸੀਂ ਤਾਂ ਰੋਜ਼ ਕਹਿੰਦੇ ਹਾਂ, ਤੁਸੀਂ ਖੁੱਲ੍ਹੇ ਛੱਡੇ ਹੋਏ ਨੇ, ਪੈਸੇ ਲੈਂਦੇ ਨੇ, ਪੈਸੇ ਲੈ ਕੇ ਗੈਰ ਹਾਜ਼ਰ ਰੱਖਿਆ ਜਾਂਦਾ। ਨਹੀਂ ਨਹੀਂ ਨਹੀਂ, ਮੈਂ ਕਿਹਾ ਜੀ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਕਿਹਾ ਲਓ ਤੁਸੀਂ ਉਸੇ ਜ਼ਿਲ੍ਹੇ ਦੇ ਹੋ, ਤੁਹਾਡੇ ਜ਼ਿਲ੍ਹੇ 'ਚ ਮੈਂ ਕਿਹਾ ਇੱਕ ਪਿੰਡ ਹੈ ਸੂਰੋਂ, ਇੱਕ ਪਿੰਡ ਹੈ ਕਪੂਰੀ, ਇੱਕ ਪਿੰਡ ਹੈ ਨਸੀਮਲੀ, ਤਿੰਨੇ ਘਨੌਰ ਬਲਾਕ 'ਚ ਪੈਂਦੇ ਨੇ, ਹਰਪਾਲਪੁਰ ਬਲਾਕ 'ਚ। ਮੈਂ ਕਿਹਾ ਜਿਹੜਾ ਸੂਰੋਂ ਵਾਲਾ ਡਾਕਟਰ ਸੀ ਉਹ ਜਲੰਧਰ ਪ੍ਰੈਕਟਿਸ ਕਰਦਾ ਸੀ, ਉੱਥੇ ਹੀ ਰਹਿੰਦਾ ਸੀ, ਤਨਖਾਹ ਲੈਂਦਾ ਸੀ। ਜਿਹੜਾ ਸੀ ਉੱਥੇ ਵਾਲਾ ਕਪੂਰੀ ਵਾਲਾ ਉਹ ਦਿੱਲੀ ਪ੍ਰੈਕਟਿਸ ਕਰਦਾ ਸੀ, ਉਹ ਵੀ ਉੱਥੋਂ ਤਨਖਾਹ ਇੱਥੋਂ ਲੈਂਦਾ ਸੀ। ਜਿਹੜਾ ਨਸਿਮਲੀ ਸੀ ਉਹ ਫੌਜੀ ਸੀ ਪੁਰਾਣਾ, ਉਹ RSS ਦਾ ਸੀ, ਪਰ ਹੈਗਾ ਇਮਾਨਦਾਰ ਸੀ। ਉਹਨੇ ਸ਼ਿਕਾਇਤ ਕਰਤੀ ਵਿਆਹ ਹੋ ਰਿਹਾ, ਉਹਦੀ ਚੱਕ ਕੇ ਬਦਲੀ ਕਰਤੀ। ਅਸੀਂ ਮਿਲੇ ਸੈਕਟਰੀ ਨੂੰ ਵੀ ਇਹ ਕੀ ਕਰਿਆ, ਨਹੀਂ 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 ਕੋਈ ਨਹੀਂ ਕੈਂਸਲ ਕਰ ਦਿੰਦਾ, ਕੈਂਸਲ ਕਰਤੀ। ਮੈਂ ਕਿਹਾ ਹੁਣ ਆ ਗਈ ਅਪ੍ਰੈਲ, ਉਹੀ ਸਕੱਤਰ ਸਾਹਿਬ ਆ ਬੈਠੇ ਨੇ ਤੁਹਾਡੇ, ਤੁਸੀਂ ਮੰਤਰੀ ਸਾਹਿਬ ਹੋ, ਮੈਂ ਤੁਹਾਨੂੰ ਪਤਾ ਵੀ ਹੁਣ ਕੀ ਹੋਇਆ। ਜਿਹੜਾ ਉਹ ਨਸੀਮਲੀ ਵਾਲਾ ਡਾਕਟਰ ਸੀ ਉਹਨੂੰ ਖੂਹੀ ਖੇੜੇ ਲਾਤਾ, ਲੈ ਬੱਚੂ ਕਰਕੇ ਦਿਖਾ ਸਕਿਆ। ਜਿਹੜਾ ਹਰਪਾਲਪੁਰ ਦਾ SMO ਸੀ ਉਹਨੂੰ ਰਾਜਪੁਰੇ ਲਾਤਾ, ਅਤੇ ਜਿਹੜਾ ਪਟਿਆਲੇ ਦਾ ਸਿਵਲ ਸਰਜਨ ਸੀ ਉਹਨੂੰ ਜਲੰਧਰ ਦਾ ਸਿਵਲ ਸਰਜਨ ਬਣਾਤਾ ਵੱਡੇ ਜ਼ਿਲ੍ਹੇ ਦਾ। ਆਹ ਤੁਹਾਡੀ ਪ੍ਰਸ਼ਾਸਨ ਹੈ, ਜਾ ਕੇ ਦੇਖ ਲਓ। ਮੈਂ ਕਿਹਾ ਪੁੱਛ ਲਓ। ਲਕਸ਼ਮੀਕਾਂਤ ਚਾਵਲਾ ਸਾਡੀ ਮਿਨਿਸਟਰ ਸੀ, ਕਹਿੰਦੀ ਐਂ ਡਾਕਟਰ। ਮੈਂ ਕਿਹਾ ਬਿਲਕੁਲ ਨਹੀਂ, ਪੈਸੇ ਦੇ ਕੇ ਰਹਿੰਦੇ ਨੇ, ਕੋਈ ਬਿਨਾਂ ਪੈਸੇ ਦਿੱਤੇ ਨਹੀਂ ਰਹਿੰਦਾ, ਮਹੀਨਾ ਬਣਾਉਂਦੇ ਨੇ ਸਾਰੇ। ਨਹੀਂ ਨਹੀਂ, ਮੈਂ ਕਿਹਾ ਬਿਲਕੁਲ ਨਹੀਂ ਜੀ, ਦਹੁਣ ਹੀ ਦਿਖਾ ਦਿੰਦੇ। ਇੱਕ ਬੰਦਾ ਉਹਨਾਂ ਦਾ, ਮੈਂ ਕਿਹਾ ਤੁਹਾਡਾ ਚਮਚਾ, ਐਵੇਂ ਕਿਹਾ ਅਸੀਂ 6-7 ਯੂਨੀਅਨ ਆ, ਸਾਡੀ ਆਪਸ ਵਿੱਚ ਕੋਈ ਐਂ ਨਹੀਂ ਵੀ ਬਹੁਤ ਬਣਦੀ ਹੈ, ਪਰ ਇਸ ਕਰਕੇ ਅਸੀਂ ਇੱਕਮਤ ਹਾਂ ਵੀ ਲੋਕਾਂ ਨੂੰ ਸੇਵਾ ਮਿਲਣੀ ਚਾਹੀਦੀ ਹੈ। ਅਤੇ ਇੱਕ ਯੂਨੀਅਨ ਉਹਨਾਂ ਦੇ ਨੇੜੇ ਸੀ ਬਹੁਤ, ਅਸੀਂ ਤਾਂ ਇਹੋ ਜਿਹਾ ਲਫ਼ਜ਼ ਵੀ ਵਰਤਦੇ ਹਾਂ ਹਾਸੇ 'ਚ, ਉਹ ਸਾਡੇ ਮਿੱਤਰ ਨੇ, ਐਂ ਨਹੀਂ ਵੀ ਉਹ ਕੋਈ ਗੁੱਸਾ ਕਰਦੇ ਨੇ। ਮੈਂ ਕਿਹਾ ਤੁਹਾਡੀ ਚਮਚੀ ਯੂਨੀਅਨ ਹੈ, ਇਹਨਾਂ ਨੂੰ ਪੁੱਛ ਕੇ ਦੇਖ ਲਓ। ਉਹ ਕਹਿੰਦੀ ਚਲੋ ਮੈਂ ਨਾਮ ਨਹੀਂ ਦੱਸੋ, ਸਾਹਿਬ ਕਹਿ ਕੇ। ਉਹ ਕਹਿੰਦਾ ਜੀ ਰਹਿੰਦੇ ਤਾਂ ਮਿਲ ਮਿਲਾ ਕੇ ਨੇ, ਮੈਂ ਪੁੱਛਣਾ। ਸੋ ਜਦ ਤੱਕ ਚੋਰ ਤੇ ਚੌਕੀਦਾਰ ਲੜ ਗਏ ਤੁਸੀਂ ਕਿਹਦਾ ਭਲਾ ਲੱਭੋਗੇ? ਤਾਂ ਮੈਂ ਕਹਿਣਾ ਵੀ ਜਿੰਨਾ ਚਿਰ ਜੇ ਤੁਸੀਂ ਜੋੜ ਲਾ ਕੇ ਨਹੀਂ ਕਹੋਗੇ ਬਿਲਕੁਲ ਨਹੀਂ ਚੱਲਣਾ, ਇਹ ਨਹੀਂ ਭੁੱਗਣਾ। 5-3 ਹਰੇਕ ਹੀ ਡਰਾਈਵਰ ਕਹਿ ਦਿਓ ਮੈਨੂੰ ਡਰਾਈਵਰੀ ਨਹੀਂ ਆਉਂਦੀ, ਨਰਸ ਕਹਿ ਦਿਓ ਮੈਨੂੰ ਕੰਮ ਨਹੀਂ ਆਉਂਦਾ, ਡਾਕਟਰ ਕਹਿ ਦਿਓ ਮੈਨੂੰ ਜਿੰਨਾ ਆਉਂਦਾ ਮੈਂ ਤਾਂ ਉਨਾ ਹੀ ਕਰੂੰ, ਬਾਬੂ ਕਹਿ ਦਿਓ ਮੈਨੂੰ ਤਾਂ ਹਿਸਾਬ ਨਹੀਂ ਕਰਨਾ ਆਉਂਦਾ, ਮਾਸਟਰ ਕਹਿ ਦਿਓ ਮੈਨੂੰ ਤਾਂ ਪੜ੍ਹਾਉਣਾ ਨਹੀਂ ਆਉਂਦਾ, ਜਿਹਾ ਜਿਹਾ ਮੈਂ ਤਾਂ ਪੜ੍ਹਾ ਜਾਂਦਾ, ਮੈਂ ਫਿਰ ਤਨਖਾਹ ਕਾਹਦੀ ਮਿਲਣੀ ਹੈ? ਔਰ ਮੈਂ ਇਹੋ ਜਿਹੇ ਵੀ ਸਿੱਧੇ ਕਰੇ ਨੇ, ਸਜ਼ਾ ਨਹੀਂ ਦਿੱਤੀ, ਉਹਨਾਂ ਨੂੰ ਸਮਝ ਆ ਗਈ ਵੀ ਇਹ ਐਂ ਨਹੀਂ ਬਿੱਲੀ ਦੇ ਕੰਨ ਵਰਗੇ ਨੋਟ ਮਿਲਣੇ। ਸੋ ਜਿੰਨਾ ਚਿਰ ਸਰਕਾਰ ਆਪਦਾ ਜਿਹੜਾ ਪੈਸਾ ਮੁਲਾਜ਼ਮਾਂ ਨੂੰ ਦੇ ਰਹੀ ਹੈ ਉਹਦਾ ਪੂਰਾ ਕੰਮ ਨਹੀਂ ਲੈਂਦੀ, ਸਾਨੂੰ ਕੰਮ ਪਿਆਰਾ ਚੰਮ ਨਹੀਂ ਪਿਆਰਾ, ਜਿੰਨਾ ਚਿਰ ਸਰਕਾਰ ਕੰਮ ਨਹੀਂ ਲਏਗੀ, ਜਿੰਨਾ ਚਿਰ ਸਰਕਾਰ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰੋੜ ਰਿਹਾ ਪੂਰਮ ਵਾਪਸ ਸੱਚ ਚੰਦਰਮਾ ਦੀਸੇ ਨਾਈ ਕਹਿ ਚੜਿਆ, ਜਿੱਦੇ ਕੂੜ ਦੀ ਮੱਸਿਆ ਰੱਖਣਗੇ, ਜਿੱਦੇ ਰਾਜੇ ਕਸਾਈ ਬਣ ਕੇ ਰਹਿਣਗੇ, ਉਹਦੇ ਕੋਈ ਚਾਨਣ ਨਹੀਂ ਹੋ ਸਕਦਾ, ਫਿਰ ਡੋਕ ਉੱਠਣਗੇ। ਹਾਂ ਜੇ ਰਾਜਾ ਕੋਈ ਜਿਹੜੀ ਗੱਲ ਤੁਸੀਂ ਕਰਦੇ ਹੋ, ਰਾਜਾ ਇਹੋ ਜਿਹਾ ਬਣ ਜੇ ਜਿਹੜਾ ਕਹੇ ਕੋਈ ਨਹੀਂ ਯਾਰ ਮੈਂ ਹੀ ਦੇਖ ਕੇ ਕਰਾਂਗਾ, ਫਿਰ ਉਹਦੇ ਪਿੱਛੇ ਜਨਤਾ ਵੀ ਲੱਗ ਜਾਂਦੀ ਹੈ। ਇਹ ਦੋਨੇ ਪਾਸੇ ਆ, ਇੱਕ ਪਾਸਾ ਨਹੀਂ ਆ। ਕੇਜਰੀਵਾਲ ਨੂੰ ਲੋਕਾਂ ਨੇ ਕਿਉਂ ਮਦਦ ਦਿੱਤੀ ਸੀ ਵੀ ਬਦਲਾਅ ਲਿਆਉਣਗੇ, ਉਹ ਗੱਲ ਵੱਖਰੀ ਆ ਵੀ ਆਪਾਂ ਨੂੰ ਹੁਣ ਸਭ ਪਤਾ ਹੀ ਹੈ ਜੋ ਕੁਛ ਹੋਇਆ। ਸੋ ਬਦਲਾਅ ਵਾਸਤੇ ਜਨਤਾ ਚਾਹੁੰਦੀ ਹੈ, ਪਰ ਅਜੇ ਜਨਤਾ 'ਚ ਇੰਨੀ ਤਾਕਤ ਨਹੀਂ ਆਈ
कि वह कट्ठे होकर जिमें किसान च आई है उन्हें सामने मोदी का नक् मोड़ रखे ना जो मर्जी कोई कही जाए वो आगन रथ जिहड़ा सी ना वो जिहड़ा अश्वमेध जग का घोड़ा सी जिहड़ा राम ने छड़िया सी उहदे जवाकां ने लव ते कुश ने उहदी फड़ के बांग उल्टा करता वी लाला जो हैगे असीं भावें जवाक तूं तकड़ा है तूं छत्रपति राजा है असीं भी दम रखदे हां असीं भी दम रखदे हां। एक तरीका इह है, दूजा तरीका इह है राजा ही चंगा होवे लोकां विच ठीक है असीं तेरे नाल आ चकदे फटे दोनों गल्लां हैगियां ने सो असी नकार नहीं सकते जिन्ना चिर सारे ये फैसला नहीं कर लेंगे कुछ चंगे बंदे है सियासत कट्ठे तो होने नहीं ये मैं पता है जो कि कट्ठे हो जाते ना पार्टियां छड़ के पंजाब च किसी को कहन जाने की लोड़ नहीं सी उन्होंने वोटा पाने वास्ते अज तो 6 महीने पहला वो कट्ठे हो जाते एक तो हम जेल च भी डकता दूजे को पता नहीं वो पार्टी मुख्यमंत्री बनाऊँगी या नहीं बनाऊँगी तीजे ऊँ लड़ी जाता एक मंत्री बन ही गया जे इस तरह के कुछ बंदे कट्ठे हो जाते जिन्हें तो लोगों को यकीन है और सच्ची मुची वो बंदे है उन्होंने गुण किसी को कहने की लोड़ नहीं भी मैंने वोट पाओ आपे वोटा पाया सी लोगों ने आपू की आपे नहीं पातिया सी पर वो समा उतर निकल गया हूँ भी जो डट के लगे रहेंगे बिना जो मर्जी हो जाए मेरा मुझ में कुछ नहीं जो कुछ है सो तेरा तेरा तुझको सौंपते क्या लागे मेरा जिन्ना चिरे कहेंगे मैं रहा या ना रहा पर मैं अपने देश नूं अपने पंजाब नूं थले नहीं लगन देना। ते वो मैं आखिरी गल जो एक असी कविता पढ़ते सी बचपन च कोई सिपाही कहिंदा है अपनी घरवाली नूं वागा छड़ दे हंजुआं वालिए नहीं पैर धरन दे मैनूं रुकाब उत्ते मेरे देश ते बनी है भीड़ भारी टुट पै ने वैरी पंजाब उत्ते पर वर्गी जवानी की मैं फूकनी है बह गए भूण जे आके गुलाब की फिर सरू वर्गी जवानी करनी है जे भूंडा नहीं बैठना गुलाब ते जे हिम्मत है फिर कहो इस गुलाब नूं राखी करांगे जान जाए तो जाए मेरा सिखी सिदक ना जाए बस इत्थे खड़े रहो पक्की गल है पंजाब अगे वधेगा। बहुत बहुत शुक्रिया सर तुसी सानू इन्ना वधिया और देखो भी जिन्ना ने भी डॉक्टर साहब की पूरी वीडियो देखी है मैनू नहीं लगता कि उन्होंने पंजाब के भविख बारे कोई सही फैसला लैण दे विच दोबारा सोचना पेगा और जाते जाते असी अज करतार सिंह सराभा जी का जन्मदिन उन्होंने भी श्रद्धांजलि ही होगी कि असी अज उ चीजा डिस्कस कीतिया ने जिस लई उन्होंने 19 साल की उम्र में शहादत दे दी सी। मैं एक बेनती करांगा कि करतार सिंह सराभा बरकले कि यूनिवर्सिटी थी हाँ जी बिल्कुल कैमिकल इंजीनियरिंग की पढ़ाई कैलिफोर्निया की यूनिवर्सिटी कर गया सी शायद बरकले यूनिवर्सिटी सी उतों छड़ के और उन्होंने मौका सी वापस जाने का भी उधर चले जाओ कहा गया कि ना ये नहीं पुगदा वो भी अपनी जान बचा सकते सी पर ना देश वास्ते उन्होंने जान दिती है वह गल वक्री हुण कंगन रणौत वर्गे नूं नहीं पता कुछ कहिंदे ने अज उन्हां दा शहीदी दिवस है 7 बंदे शहीद करे गए सी उदे लाहौर जेल दे विच उन्हां 7 चों 6 पंजाबी सी सिख सीगे इक सीगा जिहड़ा विष्णु गणेश पिंगले ओ तो इत्थों हिसाब ला सकदे हो तुसीं वी किन्हां ने कुरबानी दित्ती है किन्हां ने इह करिया सानूं इह तां करना ही पैणा सेवा जिंदगी देश की करनी ढेर औखी गल्लां करनियां सुखदियां ने जिन्हां देश सेवा विच पैर पाया उन्हां लखां मसीबतां झल्लियां ने सही गल है उड के मतलब विदेशों में जाके बस जाना तो बड़ा सौखा रहा पर बच के अपने आप नू अग ला के इस मुल्क नू सही कर देना यही वड्डा वकार आ जिसकी वंगार सानू खुद सच्चे पातशाह गुरु गोबिंद सिंह ने दिती सी कि चूकार आजम आहिर ते दरगुजस्त हलाल बुरदन पशमशीर हलाल अस्त बुरदन पशमशीर दस्त यह हुण तलवार चक्कण दा मौका तो नहीं बट अज साडा हथियार वोट आ अज साडा हथियार ज्ञान ते ओ ज्ञान नूं ते वोटां नूं चक के जे असीं पंजाब नूं सही लेखे ला दिंदे आ सही राह ते पा दिंदे आ ते सानूं माण होएगा कि साडा विदेशां विच बैठे वी पंजाबी इसे चीज़ दा माण करनगे कि पंजाब दे विच बैठे पंजाबियां ने ओ पंजाब नूं दुबारा हरा कर दिता ते दुखां तों सुरखरू कर दिता।
ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਤੁਸੀਂ ਸਾਨੂੰ ਵਕਤ ਦਿੱਤਾ ਅਸੀਂ ਬਹੁਤ ਤੁਹਾਡੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ